वो पग ले जाने जाता सरदारी ले जाने जाता वो पग करके दुनिया च टौर सी कि अज वह बंदा टोपी पा के किसी के चरणों च बैठा तो रो रहा बिलक रहा अपने बुरे समय की कह लो कि वो मूहरे फरियाद कर रहा है। अकाली लीडरशिप मत्थे से तिलक लाउंदी आ पग्गां बन्नदी आ ओह जाके उत्थे जदों शिवजी की मूर्ति जां होर किते वी मंदरां दे विच जांदे ने पग्गां बन्न के जांदे ने उहनां ते कोई उतराज नहीं हुंदा। नहीं भी आखिर उन्हां नूं लोड़ की पै गई उत्थे जाण दी ओह कह रहे ने भी तूं तां साडी सरदारी नूं लाज लई अपनी पग दे नाल बुत साफ करदा उदों कोई गल नहीं हुंदी हुण कई दिनां दा जिहड़ा आ डाक्टर आ जिहड़ा रंगरेटा ਉਹ ਕਿੰਨੇ ਦਿਨਾਂ ਦਾ ਸਾਰਿਆਂ ਨੂੰ ਗਾਲਾਂ ਕੱਢਦਾ ਪੱਗਾਂ ਬੰਨ ਕੇ ਉਦੋਂ ਕਿਸੇ ਨੂੰ ਕੁਛ ਨਹੀਂ ਦਿਸਦਾ। ਉਹ ਮੰਦਿਰ ਵੀ ਜਾਤਾ ਹੈ ਮਸਜਿਦ ਵੀ ਜਾਤਾ ਹੈ ਗੁਰੂਦੁਆਰੇ ਵੀ ਜਾਤਾ ਹੈ ਪਰੇਸ਼ਾਨ ਆਦਮੀ ਕਾ ਕੋਈ ਧਰਮ ਨਹੀਂ ਹੁੰਦਾ। ਸਾਡੇ ਮੋਟਰਾਂ ਦੇ ਉੱਤੇ ਜਿਹੜੀਆਂ ਦੋ ਚਿੱਟੀਆਂ ਇੱਟਾਂ ਲਾਈਆਂ ਹੁੰਦੀਆਂ ਨੇ ਕਲੀ ਕਰਕੇ ਉਹਨੂੰ ਆਪਾਂ ਬਣਾਇਆ ਹੁੰਦਾ ਵੀ ਹਾਂ ਜੀ ਇਹ ਸਾਡੇ ਬਜ਼ੁਰਗਾਂ ਦੀ ਉਹਦੇ ਮੂਹਰੇ ਮੈਂ ਲੰਬੇ ਪੈ ਪੈ ਕੇ ਨੱਕ ਰਗੜਦੇ ਦੇਖੇ ਨੇ ਜਿਹੜੇ ਕਹਿੰਦੇ ਸੀ ਰੱਬ ਵਿਸ਼ਵਾਸ ਨਹੀਂ ਕਰਦੇ। ਬਾਬਾ ਜੀ ਨੂੰ ਉਹਨੂੰ ਕਹਿੰਦੇ ਨਜ਼ਰ ਆ ਰਹੇ ਨੇ ਵੀ ਮੇਰੇ ਖਾੜੇ ਨਹੀਂ ਲੱਗ ਰਹੇ ਮੈਨੂੰ ਪ੍ਰੋਗਰਾਮ ਨਹੀਂ ਮਿਲ ਰਹੇ ਮੇਰੇ 'ਤੇ ਬਖਤ ਮਾੜਾ ਆ ਗਿਆ ਇਹੋ ਜਿਹੀ ਕੀ ਗੱਲ ਹੋ ਗਈ ਵੀ ਉਹਨਾਂ ਦੇ ਖਾੜੇ ਲੱਗਣੇ ਬੰਦ ਹੋ ਗਏ। ਦਲਜੀਤ ਦੀ ਵੀਡੀਓ ਵੀ ਆਈ ਹੈ ਇੱਕ ਉਹਨਾਂ ਦਾ ਵੀ ਖਬਰ ਆ ਰਹੀ ਹੈ ਕਾਫੀ ਚੱਲ ਰਹੀ ਕਿ ਉਹਨਾਂ ਨੇ ਮਦਦ ਦਾ ਐਲਾਨ ਕਰਿਆ ਵੀ ਮੈਂ ਤੈਨੂੰ ਗਾਣਾ ਵੀ ਦਊਂਗਾ ਆਪਣੀ ਫਿਲਮ 'ਚ ਅਤੇ ਬਾਹਰ ਤੁਹਾਡਾ ਟੂਰ ਵੀ ਲਵਾ ਰਿਹਾ। ਐਡੀ ਵੀ ਗੱਲ ਹੈ ਨਹੀਂ ਜਿੰਨੀ ਲੋਕਾਂ ਨੇ ਬਣਾ ਤੀ ਐਡੀ ਵੀ ਗੱਲ ਹੈ ਨਹੀਂ ਵੀ ਉਹ ਟੁੱਟਾ ਚੱਕੀ ਫਿਰਦਾ। ਅਤੇ ਮੈਂ ਇੱਕ ਕਲਾਕਾਰ ਦਾ ਨਾਂ ਲੈਤਾ ਮਹਾਂ ਨਿੱਕੂ ਵੀ ਉਹ ਕਲਾਕਾਰ ਕੋਈ ਜ਼ਿਆਦਾ ਭਾਰੀ ਹੋਣ ਦੀ ਕੋਸ਼ਿਸ਼ ਕਰਦਾ ਵੀ ਤੂੰ ਮਣ ਜਾ ਆਪਣਾ ਧਿਆਨ ਨਾਲ ਗਾਈ ਹੈ ਨਾ। ਪਹਿਲਾਂ ਕਹਿੰਦੇ ਨੇ ਜੀ ਕੇਜਰੀਵਾਲ ਦੇ ਗੋਡੀਆਂ ਹੱਥ ਲਾਤੇ ਨੇ ਭਗਵੰਤ ਮਾਨ ਨੇ ਇਹ ਬਹੁਤ ਮਾੜੀ ਗੱਲ ਕਰਤੀ। ਉਹ ਕਹਿੰਦਾ ਯਾਰ ਅਸੀਂ ਆਪਣੇ ਵੱਡੇ ਭਰਾ ਦੇ ਨਹੀਂ ਲਾਉਂਦੇ ਬਜ਼ੁਰਗਾਂ ਦੇ ਨਹੀਂ ਲਾਉਂਦੇ ਉਵੇਂ ਵੀ ਅਸੀਂ ਸਤਿਕਾਰ ਵਜੋਂ ਨਿੱਕੂ ਨੇ ਵੀ ਲਾਤੇ ਉਵੇਂ ਸਤਿਕਾਰ ਵਜੋਂ ਇਹਨੂੰ ਹਰੇਕ ਗੱਲ ਨੂੰ ਤੁਸੀਂ ਧਰਮ ਦੇ ਨਾਲ ਖਾਤੇ ਜੋੜ ਲੈਂਦੇ ਹੋ। ਜਿਹੜੀ ਮਹਿੰਗੀ ਰੰਗ ਨਾ ਦੇਵੇ ਕਾਹਦਾ ਉਸਦਾ ਲਾਣਾ ਜਿੱਥੇ ਗਿਆ ਦੀ ਕਦਰ ਨਾ ਹੋਵੇ ਕਾਹਦਾ ਉੱਥੇ ਜਾਣਾ ਹੋਏ ਤੰਦਰੁਸਤੀਆਂ ਰੱਖੇ ਮਾਲਕ ਕਾਹਦੇ ਪੈਸੇ ਧੇਲੇ ਮਰਦਾਂ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ ਨਿੱਕੂਆ ਮਰਦਾਂ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ। ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਦੀ ਜਦੋਂ ਤੋਂ ਵੀਡੀਓ ਵਾਇਰਲ ਹੋਈ ਆ ਕਿ ਉਹ ਇੱਕ ਸਮਾਗਮ ਦੇ ਵਿੱਚ ਕਿਸੇ ਦੇ ਅੱਗੇ ਬੈਠ ਕੇ ਰੋ ਰਹੇ ਨੇ ਬਿਲਕ ਰਹੇ ਨੇ ਅਤੇ ਆਪਣੇ ਬੁਰੇ ਸਮੇਂ ਦੇ ਬਾਰੇ ਦੱਸ ਰਹੇ ਨੇ ਸੋ ਇਹ ਵੀਡੀਓ ਤੋਂ ਬਾਅਦ ਲਗਾਤਾਰ ਉਹਨਾਂ ਦੀ ਕਾਫੀ ਨਿਖੇਧੀ ਵੀ ਕੀਤੀ ਜਾ ਰਹੀ ਆ ਕਾਫੀ ਉਹਨਾਂ 'ਤੇ ਸਵਾਲ ਵੀ ਚੱਕੇ ਜਾ ਰਹੇ ਨੇ ਉਹ ਕਿਉਂ ਚੱਕੇ ਜਾ ਰਹੇ ਨੇ ਕਿ ਇੱਕ ਸਰਦਾਰ ਹੋ ਕੇ ਉਹਨਾਂ ਨੂੰ ਇਸ ਤਰ੍ਹਾਂ ਕਿਸੇ ਦੇ ਅੱਗੇ ਜਾ ਕੇ ਰੋਣਾ ਨਹੀਂ ਚਾਹੀਦਾ ਜਾਂ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਇਹ ਮੈਂ ਨਹੀਂ ਕਹਿ ਰਿਹਾ ਇਹ ਸੋਸ਼ਲ ਮੀਡੀਆ 'ਤੇ ਕੀਤੀਆਂ ਜਾ ਰਹੀਆਂ ਨੇ ਅਤੇ ਖਾਸ ਤੌਰ 'ਤੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਸ ਵੀਡੀਓ ਦੇ ਥੱਲੇ ਕਮੈਂਟਾਂ ਦੇ ਵਿੱਚ ਬਹੁਤ ਸਾਰੇ ਲੋਕ ਉਹਨਾਂ ਤੋਂ ਨਾਖੁਸ਼ ਨਜ਼ਰ ਆ ਰਹੇ ਨੇ ਸੋ ਇੰਦਰਜੀਤ ਨਿੱਕੂ ਨਾਲ ਆਖਰ ਇੱਦਾਂ ਦਾ ਕੀ ਹੋ ਗਿਆ ਕਿਉਂ ਹੋ ਗਿਆ ਇਹਦੇ ਬਾਰੇ ਗੱਲਾਂ ਬਾਤਾਂ ਕਰਨ ਲਈ ਇੰਦਰਜੀਤ ਨਿੱਕੂ ਦੇ ਸਾਥੀ ਮੇਰੇ ਨਾਲ ਮੌਜੂਦ ਨੇ ਜੋ ਕਿ ਆਪ ਵੀ ਇੱਕ ਵੱਡੇ ਪੰਜਾਬੀ ਸਿੰਗਰ ਨੇ ਗੁਰਪ੍ਰੀਤ ਬਿੱਲਾ ਫੇਮਸ ਗਾਣਾ ਕਾਫੀ ਹਿੱਟ ਗਾਣੇ ਇਹਨਾਂ ਨੇ ਦਿੱਤੇ ਨੇ ਖਾਸ ਤੌਰ 'ਤੇ ਨਾਭੇ ਪੈਣ ਤਰੀਕਾਂ ਤ੍ਰਿਵੇਲੀ ਯਾਰ ਦੀ ਉਸ ਗਾਣੇ ਲਈ ਜਾਣੇ ਜਾਂਦੇ ਨੇ ਸੋ 30-35 ਸਾਲਾਂ ਤੋਂ ਲਗਾਤਾਰ ਨਿੱਕੂ ਨੂੰ ਜਾਣਦੇ ਨੇ ਪਹਿਲੀ ਕੈਸਟ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਸਾਥੀ ਰਹੇ ਨੇ ਅੱਜ ਵੀ ਗੱਲਬਾਤ ਹੁੰਦੀ ਆ ਆਖਰ ਨਿੱਕੂ ਨਾਲ ਇਹੋ ਜਿਹਾ ਕੀ ਹੋ ਗਿਆ ਕੁਛ ਇਦਾਂ ਦੇ ਸਵਾਲ ਉਹਨਾਂ ਬਾਰੇ ਜਾਣਕਾਰੀ ਕੀ ਉਹਦੀ ਜ਼ਿੰਦਗੀ 'ਚ ਹੋਇਆ ਕਿ ਐਡਾ ਡਾਊਨਫਾਲ ਇੰਦਰਜੀਤ ਨਿੱਕੂ ਵਰਗੇ ਸਟਾਰ ਨੂੰ ਦੇਖਣਾ ਪਿਆ ਗੁਰਪ੍ਰੀਤ ਬਿੱਲਾ ਤੋਂ ਜਵਾਬ ਲੈਂਦੇ ਹਾਂ ਆਓ ਕਰਦੇ ਹਾਂ ਉਹਨਾਂ ਦਾ ਸਵਾਗਤ ਪੰਜਾਬੀ ਲੋਕ ਨਾਥ ਟੀਵੀ 'ਤੇ। ਸਤਿ ਸ਼੍ਰੀ ਅਕਾਲ ਬਿੱਲਾ ਜੀ ਸਵਾਗਤ ਹੈ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਲੋਕ ਨਾਥ ਟੀਵੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਵੀਡੀਓ ਤੁਸੀਂ ਵੀ ਦੇਖ ਲਈ ਹੋਣੀ ਆ ਇਹ ਕਾਫੀ ਜ਼ਿਆਦਾ ਤੁਹਾਡੇ ਦੋਸਤ ਨੇ ਤੁਹਾਡੇ ਮਿੱਤਰ ਨੇ ਤੁਸੀਂ ਗਾਇਆ ਵੀ ਆ ਇਕੱਠਿਆਂ ਨੇ ਸਟੇਜਾਂ ਵੀ ਲਾਈਆਂ ਨੇ ਸਭ ਕੁਝ ਕਰਿਆ ਤੁਹਾਡੇ ਮਿੱਤਰ ਤੇ ਸਭ ਤੋਂ ਵੱਡਾ ਸਵਾਲ ਇੰਦਰਜੀਤ ਨਿੱਕੂ ਤੇ ਇਹ ਹੋ ਰਿਹਾ ਹੈ ਵੀ ਆਖਰ ਉਹਨੂੰ ਇਹੋ ਜਿਹੀ ਕੀ ਲੋੜ ਪੈ ਗਈ ਸੀ ਵੀ ਉਹਨੂੰ ਕਿਸੇ ਦੇ ਜਾ ਕੇ ਝੁਕਣਾ ਪਿਆ ਉਹ ਪੱਗ ਲਈ ਜਾਣਿਆ ਜਾਂਦਾ ਸਰਦਾਰੀ ਲਈ ਜਾਣਿਆ ਜਾਂਦਾ ਉਹਦੀ ਪੱਗ ਕਰਕੇ ਉਹਦੀ ਦੁਨੀਆ 'ਚ ਟੌਰ ਸੀ ਕਿ ਅੱਜ ਉਹ ਬੰਦਾ ਟੋਪੀ ਪਾ ਕੇ ਕਿਸੇ ਦੇ ਚਰਨਾਂ 'ਚ ਬੈਠਾ ਅਤੇ ਰੋ ਰਿਹਾ ਬਿਲਕ ਰਿਹਾ ਆਪਣੇ ਬੁਰੇ ਸਮੇਂ ਦੀ ਕਹਿ ਲਓ ਕਿ ਉਹਦੇ ਮੂਹਰੇ ਫਰਿਆਦ ਕਰ ਰਿਹਾ ਹੈ ਪਰ ਬਹੁਤਿਆਂ ਨੂੰ ਇਹ ਗੱਲ ਪਸੰਦ ਨਹੀਂ ਆਈ ਹੈਗੀ ਅਤੇ ਉਹ ਕਹਿ ਰਹੇ ਨੇ ਤੁਸੀਂ ਥੱਲੇ ਕਮੈਂਟ ਪੜ੍ਹੇ ਹੀ ਹੋਣੇ ਨੇ ਕਿ ਸਰਦਾਰੀ ਨੂੰ ਲਾਜ ਲਾਤੀ ਉਹਨਾਂ ਨੂੰ ਮੰਦਾ ਚੰਗਾ ਵੀ ਬੋਲਿਆ ਜਾ ਰਿਹਾ ਹੈ ਕੀ ਲੱਗਦਾ ਗੁਰਪ੍ਰੀਤ ਬਿੱਲੇ ਨੂੰ ਕਿ ਆਖਰ ਇਹੋ ਜਿਹਾ ਸਮਾਂ ਉਹਦੇ 'ਤੇ ਕਿਉਂ ਆ ਗਿਆ ਤੁਸੀਂ ਨੇੜੇ ਤੋਂ ਜਾਣਦੇ ਹੋ ਨੇੜੇ ਤੋਂ ਗੱਲ ਵੀ ਕਰਦੇ ਹੋ ਇਹੋ ਜਿਹੇ ਕੀ ਹੋ ਗਿਆ ਇੰਦਰਜੀਤ ਨਿੱਕੂ ਦੇ ਨਾਲ।
यार अकाली लीडरशिप है मत्थे ते तिलक लाउंदी आ पग्गां बन्नदी आ उह जाके उत्थे जदों शिव जी दी मूर्ति जां होर किते वी मंदरां दे विच जांदे ने पग्गां बन्न के जांदे ने उहनां ते कोई इतराज़ नहीं उठदा हैगा। फिर उदू मगरों नवजोत सिद्धू जूड़ा रख्या होया पग बन्नदा कांग्रेस पार्टी नाल संबंधित ने उन्होंने हवन करवाया उदों कोई गल नहीं हुंदी ते मंड आ जिहड़ा उह मंड अपनी पग दे नाल बुत साफ करदा उदों कोई गल नहीं हुंदी। हुण कई दिनां दा जिहड़ा आ डाक्टर है किहड़ा रंगरेटा उह किन्ने दिनां दा सारिआं नूं गालां कढ़दा पग्गां बन्न के उदों किसे नूं कुछ नहीं दिसदा कोई नहीं सत्कार कमेटी वाला आउंदा जां होर कोई नहीं बोलदा हैगा। ते जदों निक्कू ने माड़ी जिहा उह वी नाले पग नहीं बन्न के गिआ उह सिर्फ इसे करके उहनूं पता सी वी इहो जिहा कुछ मुद्दा उठाउंदे ने उह सिर्फ अपनी टोपी लैके कैप लैके गया भी मेरे ते पग करके कोई आँच ना आवे कोई दूषणबाजी ना आवे। इन्ना चिर हो गया उहनूं पग नूं प्रमोट करदिआं नूं असीं लाइन ते तुरे जांदे आ जे माड़ा जिहा भी बंदे दा पैर थिड़कदा तां असीं लत्त खिच्चण दी यार कोशिश करदे आ। गल इन्नी नहीं बिल्ला जी गल इत्थे सवाल इह आ लोक इह पुछणा चाह रहे ने भी आखिर उहनां नूं लोड़ की पै गई उत्थे जाण दी उह कह रहे ने भी तूं तां साडी सरदारी नूं लाज लाई आ। वीरे वो मंदिर भी जाता है मस्जिद भी जाता है गुरुद्वारे भी जाता है परेशान आदमी का कोई धर्म नहीं होता। जदों ना सिर ते पैंदी आ उदों पता लगदा बंदे नूं। मैं जिहड़े अपने आप नूं कट्टड़ तर्कशील कहाउंदे सीगे ना भी असीं परमात्मा दे विच विश्वास नहीं करदे साडे मोटरां दे उत्ते जिहड़ियां दो चिट्टियां इट्टां लाईआं हुंदियां ने कली करके उहनूं आपां बणाया हुंदा वी हाँ जी इह साडे बजुर्गां दी उहदे मूहरे मैं लंबे पै पै के नक रगड़दे देखे ने जिहड़े कहिंदे सी असीं रब विश्वास नहीं करदे जदों सिर ते पैंदी आ बंदे दे। जी चलो गुरप्रीत बिल्ला उन्होंने दोस्त ने बाकी शायद इन्हों उन्हों गलों का दर्द लग्या जाए इन्हों तकलीफ हो रही है भी इंद्रजीत निक्कू का विरोध क्यों किया जा रहा होना भी जायज़ उन्होंने नाल रेंदे ने विचरते हैं पर सवाल यह भी यहोजे हालात क्यों बन गए इंद्रजीत निक्कू तो यह जहाँ की हो गया उन्होंने कि उन्होंने किसी अगे जाके रोना तक पै गया। बाई जी लोग लख कही जान भी ये बहुत खर्चीला सीगा एमएससी मैं उन्होंने बहुत नेड़े तो जानता बहुत सालों तो जानता कोई खर्चीला नहीं सी उहदा परिवार है जिहड़ा ਉਹ ਬਹੁਤ ਵੱਡਾ ਪਰਿਵਾਰ ਆ ਤੁਸੀਂ ਉਹਦੇ ਘਰੇ ਜਾ ਕੇ ਦੇਖਿਓ ਕਦੇ ਘਰੇ ਜਿਵੇਂ ਨਾ ਇੱਕ ਬਿਰਧ ਆਸ਼ਰਮ ਬਣਾਇਆ ਹੁੰਦਾ ਇਸ ਤਰ੍ਹਾਂ ਉਹਦੇ ਮੈਨੂੰ ਕੋਠੀ ਯਾਰ ਘੁੰਮ ਕੇ ਦਿਖਾਈ ਉਹਨੇ ਮੈਂ ਕਹਿੰਦਾ 15-20 ਕਮਰੇ ਸੀਗੇ ਇੱਕ ਦੇ ਵਿੱਚ ਸਾਡੀ ਭੂਆ ਰਹਿੰਦੀ ਆ ਇੱਕ ਦੇ ਵਿੱਚ ਸਾਡੀ ਨਾਨੀ ਰਹਿੰਦੀ ਆ ਇੱਕ ਦੇ ਵਿੱਚ ਸਾਡੀ ਦਾਦੀ ਰਹਿੰਦੀ ਆ ਆਹ ਮੇਰੇ ਭਤੀਜੇ ਨੇ ਆਹ ਮੇਰੇ ਭਾਣਜੇ ਨੇ ਭੈਣਾਂ ਇੱਥੇ ਆਈਆਂ ਹੋਈਆਂ ਨੇ ਉਹਦੇ ਸਿਰ 'ਤੇ ਬੰਦੇ ਦੇ 'ਤੇ ਕਿੰਨੀ ਵੱਡੀ ਜ਼ਿੰਮੇਵਾਰੀ ਆ ਮੈਨੂੰ ਪਤਾ ਵੀ ਉਹ ਸਾਰਿਆਂ ਦਾ ਖਰਚਾ ਚਲਾਉਂਦਾ ਹੋਰ ਤਾਂ ਹੋਰ ਇਹੋ ਜਿਹੇ ਗੀਤਕਾਰ ਨੇ ਲੋਕ ਗੀਤਕਾਰਾਂ ਨੂੰ ਆਪਦਿਆਂ ਨੂੰ ਪੈਸੇ ਨਹੀਂ ਦਿੰਦੇ ਪਰ ਨਿੱਕੂ ਨੇ ਉਹਨਾਂ ਦੇ ਗਾਣੇ ਤੱਕ ਨਹੀਂ ਗਾਏ ਜਿਹਨਾਂ ਨੂੰ ਉਹਨੇ ਪੇਮੈਂਟ ਦਿੱਤੀ ਆ ਇਹੋ ਜਿਹੀ ਵੀ ਦਿੰਦੇ ਹੈਗੇ ਨੇ ਇਹ ਤਾਂ ਲੋਕਾਂ ਨੂੰ ਯਾਰ ਆਪਦੇ ਕੋਲੋਂ ਦਿੰਦਾ ਰਿਹਾ ਲੋਕਾਂ ਨੂੰ ਖਵਾਉਂਦਾ ਰਿਹਾ ਅਤੇ ਆਪਣੇ ਪਰਿਵਾਰ ਖਾਤਰ ਇਹਨੇ ਇੰਨਾ ਕੁਛ ਕੀਤਾ ਜਿਹੜੀ ਇਹਨੇ ਮਾਰ ਖਾਧੀ ਆ ਇਹਨੇ ਆਪਣੇ ਦਿਲ ਤੋਂ ਸੋਚਿਆ ਦਿਮਾਗ ਤੋਂ ਨਹੀਂ ਸੋਚਿਆ ਇਸ ਚੀਜ਼ ਦੀ ਇਹਨੂੰ ਮਾਰ ਪਈ ਆ। ਮੈਨੂੰ ਇੱਕ ਗੱਲ ਇੰਦਰਜੀਤ ਨਿੱਕੂ ਉਸ ਵੀਡੀਓ ਦੇ ਵਿੱਚ ਬਾਬਾ ਜੀ ਨੂੰ ਉਹਨੂੰ ਕਹਿੰਦੇ ਨਜ਼ਰ ਆ ਰਹੇ ਨੇ ਵੀ ਮੇਰੇ ਖਾੜੇ ਨਹੀਂ ਲੱਗ ਰਹੇ ਮੈਨੂੰ ਪ੍ਰੋਗਰਾਮ ਨਹੀਂ ਮਿਲ ਰਹੇ ਮੇਰੇ 'ਤੇ ਵਕਤ ਮਾੜਾ ਆ ਗਿਆ ਇਹੋ ਜਿਹੀ ਕੀ ਗੱਲ ਹੋਊਗੀ ਵੀ ਉਹਨਾਂ ਦੇ ਖਾੜੇ ਲੱਗਣੇ ਬੰਦ ਹੋ ਗਏ ਕੋਈ ਸ਼ਾਇਦ ਇੰਦਰਜੀਤ ਨਿੱਕੂ ਤੋਂ ਗਲਤੀ ਹੋਈ ਹੋਊਗੀ ਜਾਂ ਕੋਈ ਉਹਨਾਂ ਨੇ ਖੁਦ ਜ਼ਿੰਦਗੀ 'ਚ ਮਿਸਟੇਕ ਕਰੀ ਹੋਊ ਵੀਰੇ ਕੋਈ ਗਲਤੀ ਨਹੀਂ ਹੋਈ ਜਦੋਂ ਅਸੀਂ ਮੈਂ ਅੱਜ ਤੋਂ 2-3 ਮਹੀਨੇ ਪਹਿਲਾਂ ਉਹਦੇ ਕੋਲ ਗਿਆ ਸੀਗਾ ਉਦੋਂ ਉਹਨੇ ਮੇਰੇ ਨਾਲ ਆਪਦਾ ਦਿਲ ਖੋਲ੍ਹ ਕੇ ਗੱਲਾਂ ਬਾਤਾਂ ਕੀਤੀਆਂ ਕਹਿੰਦਾ ਯਾਰ ਬਿੱਲੇ ਦਿਮਾਗ ਤੋਂ ਕੰਮ ਨਹੀਂ ਲਿਆ ਹੈਗਾ ਦਿਲ ਤੋਂ ਕੰਮ ਲਈ ਗਏ ਹੁਣ ਮੈਂ ਰਿਸ਼ਤਿਆਂ ਦੇ ਵਿੱਚ ਖਟਾਸ ਆ ਜਾਵੇ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਉਹਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਉਹਨੇ ਆਪਣੇ ਚਾਹੇ ਉਹ ਮਾਮੇ ਹੋਣ ਚਾਚੇ ਹੋਣ ਤਾਏ ਹੋਣ ਨਾਨੇ ਹੋਣ ਹੈ ਨਾ ਉਹਨੇ ਸਾਰਿਆਂ ਨੂੰ ਇੱਕ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ ਆ ਜੇ ਕੋਈ ਪਿੱਛੇ ਸੀਗਾ ਨਾ ਉਹਨੂੰ ਬਾਂਹ ਫੜ ਕੇ ਮੂਹਰੇ ਲੈ ਕੇ ਆਇਆ ਆਪਣੀਆਂ ਭੈਣਾਂ ਦੇ ਉਹਨੇ ਵਿਆਹ ਕੀਤੇ ਨੇ ਚਾਚੇ ਦੀਆਂ ਕੁੜੀਆਂ ਦੇ ਪਾਰਕ ਪਲਾਜ਼ੇ ਦੇ ਵਿੱਚ ਮੈਂ ਕਹਿੰਦਾ 10 ਦਿਨ ਪ੍ਰੋਗਰਾਮ ਚੱਲਦਾ ਰਿਹਾ ਆਪਣੇ ਚਾਚੇ ਦੀਆਂ ਕੁੜੀਆਂ ਨੂੰ ਉਹਨੇ ਆਪਣੀਆਂ ਸਖੀਆਂ ਭੈਣਾਂ ਨਾਲੋਂ ਵੱਧ ਕੀਤਾ ਅਤੇ ਉਹਨੇ ਬਹੁਤ ਖਰਚ ਕੀਤਾ ਅਤੇ ਫਿਰ ਉਹ ਕਹਿੰਦਾ ਕੋਠੀ ਮੈਂ ਆਪਣੀ ਪਿੰਡ ਪਾ ਲਈ ਜੇ ਮੈਂ ਕਹਿੰਦਾ ਦਿਮਾਗ ਤੋਂ ਕੰਮ ਲੈਂਦਾ ਜਿਵੇਂ ਮੂਸੇ ਵਾਲੇ ਨੂੰ ਕਹਿੰਦੇ ਨੇ ਵੀ ਪਿੰਡ 'ਚ ਆ ਕੇ ਬੈਠਿਆ ਜੀ ਠੀਕ ਆ ਸਿੱਧੂ ਦੀ ਤਾਂ ਗੱਲ ਪੋਜ਼ਿਟਿਵ ਬਣ ਗਈ ਇਹ ਕਹਿੰਦਾ ਵੀ ਮੈਂ ਜੇ ਚੰਡੀਗੜ੍ਹ 40-50 ਲੱਖ ਰੁਪਇਆ ਲਾ ਕੇ ਉੱਥੇ ਲਿਆ ਹੁੰਦਾ ਉਹ ਮੇਰਾ ਕਰੋੜ ਦਾ ਹੋ ਜਾਣਾ ਸੀਗਾ ਇੱਥੇ ਮੈਂ 50-60 ਲੱਖ ਕੋਠੀ 'ਤੇ ਲਾਇਆ ਕਿਉਂਕਿ ਮੈਂ ਆਪਣਾ ਪਰਿਵਾਰ ਸਾਂਭਣਾ ਸੀਗਾ ਮੈਂ ਪਰਿਵਾਰ ਨੂੰ ਆਪਣੇ ਖੰਭਾਂ ਹੇਠ ਰੱਖਣਾ ਸੀਗਾ ਇਹ ਗੱਲਾਂ ਨੇ ਇੱਥੋਂ ਹੀ ਬੰਦਾ ਪਿੱਛੇ ਹੋਇਆ ਥੋੜ੍ਹਾ ਜਿਹਾ ਥਿੜਕਿਆ ਵਕਤ ਨਾਲੋਂ ਸੰਭਲ ਜੂਗਾ ਕੋਈ ਐਡੀ ਗੱਲ ਨਹੀਂ ਹੈਗੀ ਲੋਕ ਬਾਤ ਦਾ ਬਤੰਗੜ ਬਹੁਤ ਜ਼ਿਆਦਾ ਬਣਾਉਂਦੇ ਨੇ ਐਡੀ ਗੱਲ ਨਹੀਂ ਹੈਗੀ ਮਤਲਬ ਤੁਹਾਡੇ ਕਹਿਣ ਦਾ ਭਾਵ ਇਹ ਆ ਵੀ ਉਹਨੇ ਉਹ ਤੋਂ ਇਹੋ ਜਿਹੀ ਕੋਈ ਗਲਤੀ ਨਹੀਂ ਹੋਈ ਸਿਰਫ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਉਹਦੇ 'ਤੇ ਮੋਢੇ 'ਤੇ ਇੰਨੀਆਂ ਜ਼ਿੰਮੇਵਾਰੀਆਂ ਹੋ ਗਈਆਂ ਵੀ ਅੱਜ ਉਹਨੂੰ ਇਹ ਦੇਖਣ ਦਿਨ ਦੇਖਣ ਲਈ ਮਜਬੂਰ ਹੋਣਾ ਪਿਆ ਤੁਸੀਂ 30 ਸਾਲ ਤੋਂ ਵਿਚਰਦੇ ਹੋ 25 ਸਾਲ ਤੋਂ ਉਹਨਾਂ ਨਾਲ ਵਿਚਰਦੇ ਹੋ ਵੈਸੇ ਇੰਦਰਜੀਤ ਨਿੱਕੂ ਕਿੱਦਾਂ ਦਾ ਇਨਸਾਨ ਆ ਤੁਸੀਂ ਤਾਂ ਉਹਨਾਂ ਨਾਲ ਗਾਇਆ ਵੀ ਆ ਗਾਣੇ ਵੀ ਲਿਖ ਕੇ ਦਿੱਤੇ ਨੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਕਰੀਆਂ ਨੇ ਇਕੱਠੇ ਟੂਰ ਪ੍ਰੋਗਰਾਮ ਵੈਸੇ ਕਿੱਦਾਂ ਦਾ ਇਨਸਾਨ ਆ ਕਿੱਦਾਂ ਤੁਹਾਡੇ ਨਾਲ ਹੁਣ ਤੱਕ ਉਹਨਾਂ ਦਾ ਵਾਹ ਵਾਸਤਾ ਰਿਹਾ ਵੀਰੇ ਸਾਡੇ ਤਾਂ ਪਰਿਵਾਰਕ ਸੰਬੰਧ ਨੇ ਜਦ ਤੋਂ ਨਿੱਕੂ ਦਾ ਨਾਂ ਨਾਮਕਰਨ ਲੱਗਣ ਲੱਗਿਆ ਸੀਗਾ ਵੀ ਇਹਦਾ ਨਾਂ ਕੀ ਰੱਖੀਏ
ਇਹਦੀ ਮਾਤਾ ਜੀ ਕਹਿੰਦੇ ਨਿੱਕੂ ਦੇ ਕਹਿੰਦੇ ਵੀ ਆਪਾਂ ਇਹਦਾ ਨਾਂ ਇੰਦਰਜੀਤ ਜੱਸੜ ਰੱਖਣਾ। ਮਾਂ ਜੀ ਕਿਉਂ? ਕਹਿੰਦੀ ਨਿੱਕੂ ਕਿਵੇਂ ਸੋਹਣਾ ਲੱਗੂਗਾ, ਕਹਿੰਦੀ ਜਦ ਇਹ ਵੱਡਾ ਹੋ ਗਿਆ, ਹੁਣ ਤਾਂ ਕਹਿੰਦੀ ਇਹ ਛੋਟਾ, ਹੁਣ ਛੋਟਾ ਜਦ ਵੱਡਾ ਹੋ ਗਿਆ ਕਹਿੰਦੀ ਅਗਲੇ ਕਿਆ ਕਰਨਗੇ ਨਿੱਕੂ, ਨਿੱਕੂ ਕਹਿੰਦੇ ਕਿਹੋ ਜਿਹਾ ਨਾਂ ਲੱਗੂਗਾ। ਨਿੱਕੂ ਨੇ ਵੀ ਕਿਹਾ ਕਹਿੰਦਾ ਮਾਤਾ ਉਹ ਜਿਹੀ ਨਾਂ ਜਚਣ ਲੱਗ ਜਾਂਦਾ ਹੁੰਦਾ ਵੀ ਨਹੀਂ ਵੀ ਆਪਾਂ ਇੰਦਰਜੀਤ ਨਿੱਕੂ ਨਾਲ ਮੇਰੀ ਪਛਾਣ ਹੈ, ਮੈਂ ਨਿੱਕੂ ਇਹ ਰੱਖੂੰਗਾ ਹਨਾ। ਉਹ ਇੰਦਰਜੀਤ ਨਿੱਕੂ ਦਾ ਹੀ ਉਹਨੇ ਨਾਂ ਰੱਖਿਆ। ਜਦ ਤੋਂ ਲੈ ਕੇ ਮੈਂ ਉਹਦੇ ਨਾਲ ਵਿਚਰਦਾ ਆ ਵੀ ਕਦੇ ਮੈਂ ਇਹ ਜੀ ਕੋਈ ਗੱਲਬਾਤ ਨਹੀਂ ਦੇਖੀ ਹੈਗੀ। ਜੇ ਕੋਈ ਗਾਣਾ ਆਉਂਦਾ ਮੇਰਾ, ਮੈਨੂੰ ਲੋਕ ਸਕਰੀਨਸ਼ਾਟ ਭੇਜਦੇ ਨੇ ਵੀ ਤੇਰਾ ਨਿੱਕੂ ਨੇ ਗਾਣਾ ਸ਼ੇਅਰ ਕਰਤਾ, ਤੇ ਮੇਰਾ ਉਹ ਗੁਰ ਭਾਈ ਆ ਸਾਡੇ ਉਸਤਾਦ ਜੀ ਨੇ ਪ੍ਰੋਫੈਸਰ ਸ਼ਮਸ਼ਾਦ ਅਲੀ ਜੀ, ਠੀਕ ਆ, ਰੋਂਪਰ ਤੋਂ ਨੇ, ਤੇ ਉਹਨਾਂ ਕੋਲੇ ਮੈਂ ਇਹਨੂੰ ਲੈ ਕੇ ਗਿਆ ਸੀਗਾ ਨਿੱਕੂ ਨੂੰ। ਇਹ ਹਰੇਕ ਇੰਟਰਵਿਊ ਦੇ ਵਿੱਚ ਜ਼ਿਕਰ ਕਰਦਾ ਵੀ ਹਾਂ ਬਿੱਲਾ ਮੈਨੂੰ ਉੱਥੇ ਲੈ ਕੇ ਗਿਆ। ਯਾਰ ਸਾਡੀ ਤਾਂ ਇੰਨੀ ਕਦਰ ਕਰਦਾ, ਇੰਨਾ ਮਾਣ ਕਰਦਾ, ਇਹਦੇ ਪਰਿਵਾਰ ਨਾਲ, ਮਾਤਾ ਪਿਤਾ ਨਾਲ, ਸਾਰਿਆਂ ਨਾਲ ਘਰੇਲੂ ਸੰਬੰਧ ਨੇ। ਮੈਂ ਕਿਵੇਂ ਕਹਿ ਦਵਾਂ ਵੀ ਯਾਰ ਉਹ ਬੰਦੇ 'ਚ ਫਰਕ ਪਿਆ ਹੋਇਆ, ਮੈਂ ਨਹੀਂ ਕਹਿ ਸਕਦਾ। ਹਲੇ ਇੱਕ ਪ੍ਰੋਗਰਾਮ 'ਤੇ ਗੀਤਾ ਜੈਲਦਾਰ, ਰੋਸ਼ਨ ਪ੍ਰਿੰਸ, ਅਸੀਂ ਚਾਰ ਪੰਜ ਜਾਣੇ ਜਿੰਨੇ ਗੁਰ ਭਾਈ ਸੀ, ਸਾਰੇ ਗੁਰ ਭਾਈ ਹਾਂ, ਅਤੇ ਅਸੀਂ ਇਕੱਠੇ ਹੋਏ ਅਤੇ ਮੈਂ ਇੱਕ ਕਲਾਕਾਰ ਦਾ ਨਾਂ ਲੈਤਾ। ਮਹਾਂ ਨਿੱਕੂ ਵੀ ਉਹ ਕਲਾਕਾਰ ਕੋਈ ਜ਼ਿਆਦਾ ਭਾਰੀ ਹੋਣ ਦੀ ਕੋਸ਼ਿਸ਼ ਕਰਦਾ ਵੀ ਤੂੰ ਮਣ ਜਾ ਆਪਦਾ ਧਿਆਨ ਨਾਲ ਗਾਈ ਹੈ ਨਾ। ਮੈਨੂੰ ਕਹਿੰਦਾ ਨਾ ਬਿੱਲੇ ਯਾਰ ਇੱਦਾਂ ਨਾ ਕਹਿ, ਕਹਿੰਦਾ ਆਪਣਾ ਭਾਈ ਆ ਯਾਰ, ਗੁਰ ਭਾਈ ਆ, ਕਹਿੰਦਾ ਉਹ ਆਪਣੇ ਬਾਰੇ ਸੋਚ ਨਹੀਂ ਸਕਦਾ। ਮਹਾਂ ਮੈਨੂੰ ਲੱਗਿਆ, ਕਹਿੰਦਾ ਨਹੀਂ ਨਹੀਂ ਇਹ ਦਿਮਾਗ 'ਚ ਨਾ ਕੱਢ, ਆਪਣਾ ਭਰਾ ਆ, ਕਹਿੰਦਾ ਯਾਰ ਇੱਕ ਆਪਾਂ ਸਾਰੇ ਇੱਕ ਗੁਰੂ ਦੇ ਚੇਲੇ ਹਾਂ, ਇਸ ਕਰਕੇ ਇੰਨਾ ਵਧੀਆ ਇਨਸਾਨ ਆ ਉਹ। ਇੱਕ ਗੱਲ ਹੋਰ, ਇੱਕ ਗੱਲ ਹੋਰ, ਇਹ ਜੋ ਹਾਲਾਤ ਬਣੇ, ਜੋ ਇੱਕਦਮ ਲੋਕਾਂ ਨੂੰ ਤਾਂ ਸਾਨੂੰ ਤਾਂ ਪਰਸੋਂ ਚੌਥੇ ਜਾਂ ਪੂਰੀ ਦੁਨੀਆ 'ਚ ਪਤਾ ਲੱਗਿਆ ਵੀ ਨਿੱਕੂ 'ਤੇ ਇਹੋ ਜਿਹੇ ਹਾਲਾਤ ਆ ਗਏ, ਉਹ ਵੀਡੀਓ ਤੋਂ ਬਾਅਦ ਤੁਹਾਨੂੰ ਕਦਾਂ ਕਿ ਇਹ ਚੀਜ਼ਾਂ ਦਾ ਪਤਾ, ਤੁਹਾਨੂੰ ਕਦੋਂ ਪਤਾ ਲੱਗਿਆ ਵੀ ਨਿੱਕੂ ਦੇ ਜ਼ਿੰਦਗੀ 'ਚ ਹੁਣ ਥੋੜ੍ਹਾ ਜਿਹਾ ਡਾਊਨਫਾਲ ਚੱਲ ਰਿਹਾ ਜਾਂ ਉਹ ਕਰਜ਼ੇ 'ਚ ਆਇਆ ਹੋਇਆ, ਕਰਜ਼ੇ ਦੀ ਗੱਲ ਕਰ ਰਿਹਾ ਹੈ, ਉਹਦੇ ਸਿਰ 'ਤੇ ਪੈਸੇ ਹੋ ਗਏ, ਤੁਹਾਨੂੰ ਇਹ ਚੀਜ਼ਾਂ ਕਦਾਂ ਕੁ ਪਤਾ ਨੇ? ਵੀਰੇ ਮੈਨੂੰ 2 ਸਾਲ ਪਹਿਲਾਂ ਤੋਂ ਥੋੜ੍ਹੀ ਜਿਹੀ ਭਿਣਕ ਲੱਗੀ ਸੀਗੀ। ਮੈਂ ਸਿੱਧਾ ਤਾਂ ਨਹੀਂ ਉਹਨੂੰ ਪੁੱਛਿਆ, ਮੈਂ ਕੋਈ ਠੇਸ ਲੱਗ ਜਾਂਦੀ ਆ ਜਾਂ ਕਈ ਵਾਰੀ ਗਲਤ ਵੀ ਖਬਰ ਹੁੰਦੀ ਆ, ਜਿਹੜੇ ਸਾਡੇ ਸਾਂਝੇ ਬੰਦੇ ਨੇ ਉੱਥੋਂ ਥੋੜ੍ਹਾ ਥੋੜ੍ਹਾ ਪਤਾ ਲੱਗਦਾ ਰਹਿੰਦਾ ਹੈ ਨਾ ਵੀ ਕੀ ਗੱਲ ਆ ਕੀ ਬਾਤ ਆ। ਤੇ ਫਿਰ ਜਦ ਮੈਨੂੰ 4 ਮਹੀਨੇ ਗਿਆ ਮੈਂ 3 ਮਹੀਨੇ ਪਹਿਲਾਂ ਨਿੱਕੂ ਕੋਲੇ, ਤਾਂ ਉਹਨੇ ਫਿਰ ਆਪਣਾ ਸਾਰੀਆਂ ਦਿਲ ਖੋਲ੍ਹ ਕੇ ਗੱਲਾਂ ਆਪ ਹੀ ਦੱਸੀਆਂ ਵੀ ਯਾਰ ਆਹ ਪ੍ਰੋਬਲਮ ਹੈ, ਐਵੇਂ ਗਾਣੇ ਕਹਿੰਦਾ ਮੇਰੇ 8-9 ਕਰੇ ਪਏ ਨੇ ਵੀ ਮੈਂ ਰਿਲੀਜ਼ ਕਰਨੇ ਨੇ। ਮੈਨੂੰ ਹਾਲੇ ਕਹਿੰਦਾ ਸੀ ਕਹਿੰਦਾ ਗਾਣਿਆਂ 'ਤੇ ਬਹੁਤੇ ਜ਼ਿਆਦਾ ਪੈਸੇ ਨਾ ਖਰਚ ਵੀ ਹੁਣ ਨਵੇਂ ਮੁੰਡੇ ਬਹੁਤ ਵਧੀਆ ਕੰਮ ਕਰਦੇ ਨੇ, ਕਹਿੰਦਾ ਮੇਰੇ 7-8 ਡੰਮੀਆਂ ਹੋਈਆਂ ਪਈਆਂ ਨੇ ਵੀ ਮੈਂ ਰਿਲੀਜ਼ ਕਰਨੀਆਂ ਨੇ। ਤੇ ਇਸ ਕਰਕੇ ਯਾਰ ਚੰਗੀ ਚੀਜ਼ ਨਹੀਂ ਦੇਖਦੇ। ਰਾੜਾ ਸਾਹਿਬ ਨਿੱਕੂ ਪਹਿਲੇ ਦਿਨ ਤੋਂ ਲੈ ਕੇ ਸੇਵਾ ਕਰਦਾ, ਜੁੱਤੀਆਂ ਦੀ ਸੇਵਾ ਕਰਦਾ ਹੁੰਦਾ ਸੀਗਾ, ਫਿਰ ਉਹਨੇ ਸਾਈਕਲ ਸਟੈਂਡ, ਕਾਰ ਸਟੈਂਡ ਦੇ ਵਿੱਚ ਪਰਚੀਆਂ ਲਾਉਂਦੇ ਨੇ, ਉੱਥੇ ਉਹ ਸੇਵਾ ਕਰਦਾ ਰਿਹਾ। ਰਾੜੇ ਕਾਲਜ ਤੋਂ ਪੜ੍ਹ ਕੇ ਜਾਣਾ ਉਹਨੇ ਰਾੜਾ ਸਾਹਿਬ ਸੇਵਾ ਕਰਨੀ, ਠੀਕ ਹੈ। ਉਹ ਜਦ ਤੋਂ ਮਗਰੋਂ ਨਾ ਥੋੜ੍ਹਾ ਬਿਜ਼ੀ ਹੋਇਆ ਆਪਣੇ ਕੰਮ ਕਾਰ ਦੇ ਵਿੱਚ, ਇੱਕ ਵਾਰੀ ਮੈਨੂੰ ਮਿਲਿਆ, ਮੈਨੂੰ ਕਹਿੰਦਾ ਬਿੱਲੇ ਯਾਰ ਗੁਰਦੁਆਰੇ ਆਇਆ ਕਰ। ਮੈਂ ਜ਼ਰੂਰ ਆਇਆ ਕਰਾਂਗੇ, ਕਹਿੰਦਾ ਰਾੜਾ ਸਾਹਿਬ ਆਇਆ ਕਰ, ਮੇਰੇ ਤੋਂ ਭੁੱਲ ਹੋ ਗਈ ਸੀ, ਮੇਰੇ ਤੋਂ ਗਲਤੀ ਹੋ ਗਈ ਸੀ। ਮੈਂ ਕੀ ਗੱਲ ਹੋ ਗਈ? ਕਹਿੰਦਾ ਯਾਰ ਮੈਂ ਰਾੜਾ ਸਾਹਿਬ ਹਰੇਕ ਸੰਡੇ ਆਉਂਦਾ ਹੁੰਦਾ ਸੀਗਾ, ਕਹਿੰਦਾ ਕੰਮਾਂ ਕਾਰਾਂ ਦੇ ਵਿੱਚ, ਰੁਝੇਵਿਆਂ ਦੇ ਵਿੱਚ ਪਤਾ ਹੀ ਨਹੀਂ ਲੱਗਿਆ, ਕਹਿੰਦਾ ਮੈਂ ਮਿਸ ਕਰਤਾ ਆਉਣਾ, ਮੈਂ ਮਿਸ ਇਹ ਜਿਹਾ ਕਰਿਆ, ਕਹਿੰਦਾ ਮੇਰਾ ਕੰਮ ਠੱਪ ਹੋਣ ਲੱਗ ਗਿਆ, ਪਿੱਛੇ ਨੂੰ ਜਾਣ ਲੱਗ ਗਿਆ। ਕਹਿੰਦਾ ਇੱਕ ਦਿਨ ਆਪਣੇ ਮਨ ਨਾਲ ਬੈਠਾ ਵਿਚਾਰ ਕਰਦਾ ਵੀ ਮਨਾ ਕੀ ਗੱਲ ਹੋ ਗਈ ਯਾਰ, ਵੀ ਆਪਣਾ ਕੋਈ ਹੈ ਨਾ ਪ੍ਰੋਜੈਕਟ ਨਹੀਂ ਹੋ ਰਿਹਾ ਮੂਹਰੇ, ਜਾਂ ਫਿਲਮ ਦਾ ਕੰਮ ਸੀ ਉਹ ਰੁਕ ਗਿਆ, ਵੀ ਚੱਕਰ ਕੀ ਆ? ਕਹਿੰਦਾ ਆਪੇ ਜਿਵੇਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਖਿਆਲ ਆਉਂਦਾ ਹੁੰਦਾ ਇਹ ਦਿਮਾਗ 'ਚ ਆ ਵੀ ਮਨਾ ਤੂੰ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਸੀ, ਤੂੰ ਉੱਥੇ ਬੰਦ ਕਰਤਾ। ਕਹਿੰਦਾ ਮੈਂ ਰੈਗੂਲਰ ਜਾਣਾ ਸ਼ੁਰੂ ਕਰਤਾ, ਕਹਿੰਦਾ ਹੁਣ ਮੇਰਾ ਫਿਲਮ ਦਾ ਕੰਮ ਵੀ ਨੇਪਰੇ ਚੜ੍ਹ ਗਿਆ, ਮੈਨੂੰ ਸ਼ੋਅ ਵੀ ਨੇ, ਮੇਰੀ ਧਾਰਮਿਕ ਟੇਪ ਵੀ ਹੋਈ ਪਈ ਆ, ਅਤੇ ਮੇਰੇ ਜਿਹੜੇ ਹੈਗੇ ਨੇ ਸ਼ਬਦਾਂ ਦਾ ਇੱਕ ਹੋਣ ਲੱਗਿਆ ਪ੍ਰੋਜੈਕਟ, ਉਹ ਵੀ ਕਹਿੰਦਾ ਮੇਰਾ ਸਾਰਾ ਲਾਈਨ 'ਤੇ ਚੜ੍ਹ ਗਿਆ। ਇੱਕ ਇੱਥੇ ਸਵਾਲ ਹੋਰ ਆ, ਪਹਿਲੇ ਸਵਾਲ 'ਤੇ ਮੈਂ ਵਾਪਸ ਆਉਣਾ, ਕਮੈਂਟ ਇਹ ਹੋ ਰਹੇ ਨੇ ਵੀਡੀਓ 'ਤੇ ਜਾਂ ਵੀਡੀਓ ਇਸ ਕਰਕੇ ਸ਼ੇਅਰ ਕੀਤੀ ਜਾ ਰਹੀ ਆ ਵੀ ਤੈਨੂੰ ਲੋੜ ਕੀ ਪੈਗੀ ਜਾਣ ਦੀ, ਤੈਨੂੰ ਜਾਣਾ ਹੀ ਨਹੀਂ ਚਾਹੀਦਾ ਸੀ, ਵੀ ਤੂੰ ਆਪ ਮਹਾਰੇ ਕੋਈ ਵੀਡੀਓ ਪਾ ਕੇ ਹੈਲਪ ਮੰਗ ਸਕਦਾ ਸੀ, ਤੁਹਾਡੇ ਵਰਗੇ ਕਲਾਕਾਰ ਭਾਈਆਂ ਤੋਂ ਹੈਲਪ ਮੰਗ ਸਕਦਾ ਸੀ, ਉਹਨੂੰ ਇੱਕ ਸਾਧ ਕੋਲ ਜਾਣ ਦੀ ਕੀ ਲੋੜ ਪੈਗੀ? ਇਹ ਗੱਲ 'ਤੇ ਕਾਫੀ ਲੋਕਾਂ ਨੂੰ ਇਤਰਾਜ਼ ਹੋ ਰਿਹਾ। ਯਾਰ ਲੱਖਾਂ ਲੋਕ ਜਾਂਦੇ ਨੇ ਉੱਥੇ, ਤੁਸੀਂ ਦੇਖੇ ਨੇ ਵੀਡੀਓ ਦੇ ਵਿੱਚ ਲੱਖਾਂ ਲੋਕ ਜਾ ਰਹੇ ਨੇ, ਉਹਦੇ ਵਿੱਚੋਂ ਇਕੱਲੀ ਇੰਦਰਜੀਤ ਨਿੱਕੂ ਦੀ ਵੀਡੀਓ ਵੀ ਵਾਇਰਲ ਕਿਉਂ ਹੋਈ? ਨਿੱਕੂ ਦਾ ਗਿਆ ਸੀਗਾ ਉਹਦਾ ਸਹਾਰਾ ਲੈਣ, ਉਹ ਬੰਦੇ ਨੇ ਇਹਦਾ ਸਹਾਰਾ ਲੈ ਲਿਆ ਨਿੱਕੂ ਦਾ, ਇਹ ਮੇਰੀ ਸੋਚ ਆ। ਜੇ ਨਿੱਕੂ ਦਾ ਬੰਦਾ ਕੋਈ ਵੀਡੀਓ ਬਣਾਉਂਦਾ, ਇੱਕ ਥਾਂ ਤੇ ਬੈਠ ਕੇ ਵੀਡੀਓ ਬਣਾ ਲੈਂਦੇ ਆ, ਉਹਦਾ ਕੈਮਰਾ ਕਦੇ ਸੱਜਿਓਂ ਪੈਂਦਾ, ਕਦੇ ਖੱਬਿਓਂ ਪੈਂਦਾ, ਕਦੇ ਉੱਤੋਂ ਪੈਂਦਾ, ਥੱਲਿਓਂ ਫਲੈਸ਼ ਪੈਂਦੀ ਆ, ਤੇ ਉਹਨਾਂ ਨੇ ਪ੍ਰੀ ਪਲੈਨਡ ਤਰੀਕੇ ਦੇ ਨਾਲ ਇਹਦੀ ਵੀਡੀਓ ਸ਼ੂਟ ਕਰੀ ਆ। ਸਾਰੇ ਉਹ ਜਾਣਦੇ ਸੀਗੇ ਵੀ ਨਿੱਕੂ ਦਾ ਪੰਜਾਬ ਦੇ ਵਿੱਚ ਕਿੰਨਾ ਕੁ ਕਰੇਜ਼ ਆ। ਜਿੱਦਣ ਦੀ ਇਹ ਵੀਡੀਓ ਵਾਇਰਲ ਹੋਈ ਆ, ਉਦਣ ਦੀਆਂ ਬਾਬੇ ਦੀ ਜਿਹੜੀ ਵੀ ਧਾਮ ਬਣੀ ਹੋਈ ਆ, ਉਹਦੀਆਂ ਸਰਚਾਂ ਵੱਜਣ ਲੱਗ ਗਈਆਂ, ਜਿਵੇਂ ਸਿੱਧੂ ਮੂਸੇ ਵਾਲੇ 'ਤੇ ਸਰਚਾਂ ਵੱਜਦੀਆਂ ਸੀ ਨਾ, ਉਵੇਂ ਉਹ ਧਾਮ ਦੀਆਂ ਸਰਚਾਂ ਵੱਜਦੀਆਂ ਨੇ। ਉਹਨਾਂ ਦਾ ਮਨੋਰਥ ਇਹ ਸੀਗਾ ਵੀ ਪੰਜਾਬ ਦੇ ਵਿੱਚ ਅਸੀਂ ਆਪਣੇ ਪੈਰ ਕਿਵੇਂ ਜਮਾਈਏ। ਉਹ ਆਪਣੇ ਕਾਮਯਾਬ ਹੋ ਗਏ ਤਰੀਕੇ ਦੇ ਵਿੱਚ। ਬਾਬੇ ਦੀ ਇਹ ਮਾੜੀ ਗੱਲ ਆ,
ਪਹਿਲਾਂ ਕਹਿੰਦੇ ਨੇ ਜੀ ਕੇਜਰੀਵਾਲ ਦੇ ਗੋਡੀ ਹੱਥ ਲਾਤੇ ਨੇ ਭਗਵੰਤ ਮਾਨ ਨੇ, ਇਹ ਬਹੁਤ ਮਾੜੀ ਗੱਲ ਕਰਤੀ। ਉਹ ਕਹਿੰਦਾ ਯਾਰ ਅਸੀਂ ਆਪਣੇ ਵੱਡੇ ਭਰਾ ਦੇ ਨਹੀਂ ਲਾਉਂਦੇ, ਬਜ਼ੁਰਗਾਂ ਦੇ ਨਹੀਂ ਲਾਉਂਦੇ, ਉਵੇਂ ਵੀ ਅਸੀਂ ਸਤਿਕਾਰ ਵਜੋਂ ਨਿੱਕੂ ਨੇ ਵੀ ਲਾਤੇ, ਉਵੇਂ ਸਤਿਕਾਰ ਵਜੋਂ ਇਹਨੂੰ ਹਰੇਕ ਗੱਲ ਨੂੰ ਤੁਸੀਂ ਧਰਮ ਦੇ ਨਾਲ ਕਾਹਤੇ ਜੋੜ ਲੈਂਦੇ ਹੋ। ਮੈਂ ਨਹੀਂ ਯਾਰ ਇਹਦੇ ਹੱਕ 'ਚ ਹੈਗਾ, ਬਾਬੇ ਦੀ ਨਿਹਾਇਤ ਮਾੜੀ ਗੱਲ ਹੈ ਜਿਹੜੀ ਉਹਨੇ ਵੀਡੀਓ ਵਾਇਰਲ ਕਰੀ ਆ ਅਤੇ ਇਹਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰੀ ਆ, ਜਦਕਿ ਬੰਦਾ ਪਾਕ ਸਾਫ਼ ਹੈ, ਜਿੱਥੇ ਲੱਖਾਂ ਲੋਕ ਗਏ ਨੇ ਇਹ ਵੀ ਚਲੇ ਗਿਆ। ਜਿਹੜੇ ਬੰਦੇ ਦਾ ਨਾਂ ਹੁੰਦਾ ਉਹਦਾ ਯਾਰ ਕੁਛ ਨਾ ਕੁਛ ਡੰਡ ਪੈਂਦੀ ਹੀ ਪੈਂਦੀ ਆ। ਬਸ ਦਲਜੀਤ ਦੀ ਵੀਡੀਓ ਵੀ ਆਈ ਹੈ ਇੱਕ, ਉਹਨਾਂ ਦਾ ਵੀ ਖਬਰ ਆ ਰਹੀ ਹੈ, ਕਾਫੀ ਚੱਲ ਰਹੀ ਹੈ ਕਿ ਉਹਨਾਂ ਨੇ ਮਦਦ ਦਾ ਐਲਾਨ ਕਰਿਆ ਵੀ ਮੈਂ ਤੈਨੂੰ ਗਾਣਾ ਵੀ ਦਊਂਗਾ ਆਪਣੀ ਫਿਲਮ 'ਚ ਅਤੇ ਬਾਹਰ ਤੁਹਾਡਾ ਟੂਰ ਵੀ ਲਵਾ ਰਿਹਾ। ਤੁਹਾਨੂੰ ਕਿਵੇਂ ਲੱਗ ਰਿਹਾ, ਕਿਵੇਂ ਦੇਖਦੇ ਹੋ ਕਲਾਕਾਰ ਭਾਈਚਾਰੇ ਵੱਲੋਂ ਇੱਕ ਵੱਡੀ ਸਪੋਰਟ ਆਈ ਹੈ? ਮੈਂ ਦੇਖੋ ਜਿਹੜੇ ਸਾਰੇ ਲੋਕਾਂ ਨੇ ਸਪੋਰਟ ਦੇ ਵਿੱਚ ਪਾਇਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਵੀ ਜਿਹੜੇ ਨਾਲ ਖੜਦੇ ਨੇ। ਹੁਣ ਮੈਨੂੰ ਕਈ ਕਹਿੰਦੇ ਨੇ, ਇੱਥੇ ਵੀ ਕਹਿਣਗੇ, ਕਈ ਇੱਥੇ ਵੀ ਕਹਿਣਗੇ ਫੇਮ ਲੈਣ ਦਾ ਮਰ ਆ ਗਿਆ, ਇਹ ਕੌਣ ਆ ਜੀ, ਇਹ ਫਲਾਣਾ ਜੀ, ਇਹ ਧਮਕਾਣਾ ਜੀ, ਗਾਲਾਂ ਕੱਢਣਗੇ, ਬੁਰਾ ਹਾਲ ਬਣ ਕੇ ਦਿਹਾੜੇ। ਕੱਢ ਲੈਣ ਦਿਓ, ਕੋਈ ਨਹੀਂ, ਮੇਰਾ ਉਹ ਦੋਸਤ ਆ, ਮੈਂ ਆਪਣੇ ਦੋਸਤ ਦੇ ਨਾਲ ਖੜਨਾ। ਜੇ ਉਹ 'ਤੇ ਮਾੜਾ ਸਮਾਂ ਆ ਗਿਆ ਤਾਂ ਮੈਂ ਉਹਨੂੰ ਮਾੜੇ ਸਮੇਂ ਦੇ ਨਾਲ ਖੜ ਕੇ ਸਮਝਾਊਂਗਾ ਵੀ ਨਾ ਵੀ ਆਪਣੀ ਆਹ ਗਲਤੀ ਆਪਾਂ ਐਂ ਕਰਨੀ ਹੈ। ਜੇ ਚੰਗਾ ਸਮਾਂ ਤਾਂ ਅਸੀਂ ਮਾਣ ਮਹਿਸੂਸ ਕਰਾਂਗੇ ਆਪਣੀ ਦੋਸਤੀ 'ਤੇ। ਇਹ ਨਹੀਂ ਵੀ ਮੈਂ ਖਹਿੜਾ ਛੱਡ ਜੂੰਗਾ ਵੀ ਹਾਂ ਜੀ ਉਹਨੇ ਗਲਤੀ ਕਰਤੀ, ਜਾਂ ਗਲਤੀ ਤਾਂ ਉਹਨੇ ਕੋਈ ਕਰੀ ਨਹੀਂ ਹੈਗੀ। ਇਸ ਕਰਕੇ ਮੈਂ ਤਾਂ ਉਹਦੇ ਨਾਲ ਹਾਂ ਜੀ ਹਰ ਵਕਤ, ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਹਾਂ ਇਹਨਾਂ ਨੇ ਸਾਥ ਦਿੱਤਾ। ਅਤੇ ਇਸ ਕਰਕੇ ਉਹ ਕਹਿੰਦਾ ਮੈਨੂੰ ਪੈਸੇ ਟੁੱਕਰ ਦੀ ਕੋਈ ਲੋੜ ਨਹੀਂ, ਐਡੀ ਵੀ ਗੱਲ ਹੈ ਨਹੀਂ ਜਿੰਨੀ ਲੋਕਾਂ ਨੇ ਬਣਾ ਦਿੱਤੀ, ਐਡੀ ਵੀ ਗੱਲ ਹੈ ਨਹੀਂ ਵੀ ਉਹ ਟੁੱਟਾ ਚੱਕੀ ਫਿਰਦਾ, ਬਿਲਕੁਲ ਗਲਤ ਗੱਲ ਆ। ਵੈੱਲ ਸੈਟਲਡ ਆ ਉਹ, ਸਾਰਾ ਕੁਛ ਠੀਕ ਆ, ਮਾੜਾ ਮੋਟਾ ਤਰਾ ਚੜਾ ਆ ਜਾਂਦਾ ਯਾਰ। ਮੈਂ ਕਹਿੰਦਾ ਜਿਹਦੇ 50-50 ਕਿੱਲੇ ਵਾਲੇ ਦੀਆਂ 50-50 ਲੱਖ ਦੀਆਂ ਲਿਮਟਾਂ ਬਣੀਆਂ ਹੋਈਆਂ ਨੇ, ਹਰੇਕ ਪਿੰਡ ਦੇ ਵਿੱਚ ਜਿੰਨੇ ਟੌਪ ਦੇ ਜ਼ਿਮੀਂਦਾਰ ਨੇ ਸਭ ਦੀਆਂ ਲਿਮਟਾਂ ਬਣੀਆਂ ਹੋਈਆਂ ਨੇ, ਕਰਜ਼ੇ ਚੱਕੇ ਹੋਏ ਨੇ, ਕਰਜ਼ਈ ਤਾਂ ਇੱਥੇ ਸਾਰੀ ਦੁਨੀਆ ਹੋਈ ਫਿਰਦੀ ਆ। ਇਸ ਕਰਕੇ ਇੱਕ ਬੰਦੇ ਨੂੰ ਟਾਰਗੇਟ ਕਰਨਾ ਗਲਤ ਗੱਲ ਆ। ਅੱਛਾ ਜਿੱਦਾਂ ਤੁਸੀਂ ਆ ਪੈਸੇ ਵਾਲੀ ਗੱਲ ਕਰੀ, ਤੁਸੀਂ ਉਹਨਾਂ ਨੂੰ ਆਫਰ ਕੀਤੀ ਕਦੇ ਮਦਦ ਕੋਈ ਵੀ ਜੇ ਤੈਨੂੰ ਕੋਈ ਪੈਸੇ ਦੀ ਲੋੜ ਆ ਸਾਤੋਂ ਲੈ ਲਾ ਅਸੀਂ ਤੇਰਾ ਮਸਲਾ ਹੱਲ ਕਰ ਦਿੰਦੇ ਹਾਂ? ਯਾਰ ਸਾਡੇ 'ਚ ਤਾਂ ਇੰਨਾ ਸੀਗਾ, ਉਹ ਮੇਤੋਂ ਚਾਹੇ ਜਿਵੇਂ ਮਰਜ਼ੀ ਆ, ਉਹ ਮੇਤੋਂ ਵਿਚਾਰਾ ਜਗਦਾ ਰਹਿੰਦਾ ਪਹਿਲਾਂ ਤੋਂ ਹੀ। ਮੈਂ ਹਲੇ ਕੇਰਾਂ ਕਿਹਾ ਮੈਂ ਨਿੱਕੂ ਤੇਰੇ ਬਾਹਰ ਦੇ ਟੂਰ ਬਹੁਤ ਲੱਗ ਗਏ, ਕਰੇ ਯਾਰ ਗਰੁੱਪ ਦੇ ਵਿੱਚ ਮੇਰਾ ਵੀ ਨਾਂ ਪਵਾਈ। ਕਹਿੰਦਾ ਯਾਰ ਮੈਂ ਤਾਂ ਜਗ ਜਾਂਦਾ ਵੀ ਬਿੱਲਾ ਕਹੂਗਾ ਵੀ ਹੁਣ ਤੂੰ ਮੇਰਾ ਟੂਰ ਦੇ ਵਿੱਚ ਨਾਂ ਪਵਾਵੇਂਗਾ। ਮੈਂ ਯਾਰ ਕਹਿ ਜੀ ਗੱਲ ਕਰਦਾ ਆਪਾਂ ਭਰਾ ਵੀ, ਜੇ ਤੇਰਾ ਲੋਟ ਲੱਗ ਗਿਆ ਤੂੰ ਮੇਰਾ ਲੈ ਸਕਦਾ ਨਾਂ, ਮੇਰਾ ਲੋਟ ਲੱਗ ਗਿਆ ਮੈਂ ਤੇਰਾ ਨਾਂ ਲੈ ਸਕਦਾ। ਉਹ ਵਿਚਾਰਾ ਪਹਿਲਾਂ ਤੋਂ ਜਗਦਾ ਰਹਿੰਦਾ, ਕਦਰ ਕਰਦਾ ਵੀ ਇਹੋ ਜਿਹੀ ਕੋਈ ਗੱਲੇ ਨਹੀਂ ਹੈ ਕਿ ਜੇ ਉਹਨੂੰ ਲੋਟ ਠੀਕ ਹੀ ਮੇਰੇ ਤੱਕ ਉਹਨੇ ਮੈਨੂੰ ਕਹਿ ਦੇਣਾ, ਮੈਨੂੰ ਸ਼ਰੇਆਮ ਕਹਿ ਦੇਣਾ ਮੈਨੂੰ ਭਾਈ ਆਹ ਚੀਜ਼ ਦੀ ਜ਼ਰੂਰਤ ਆ, ਦੱਸ। ਉਹਨੇ ਕਦੇ ਇਹੋ ਜਿਹਾ ਕੋਈ ਸਵਾਲ ਹੀ ਨਹੀਂ ਪਾਇਆ ਹੈਗਾ। ਅਸੀਂ ਮਿਲਦੇ ਹਾਂ, ਜੇ ਲੋੜ ਹੋਊਗੀ ਸਾਨੂੰ ਮਹਿਸੂਸ ਹੁੰਦਾ ਅਸੀਂ ਮਦਦ ਕਰਾਂਗੇ ਵੀ, ਕਰਦੇ ਵੀ ਆਏ ਹਾਂ ਬਸ ਇੱਕ ਦੂਜੇ ਦੀ। ਪਹਿਲੀ ਮੁਲਾਕਾਤ ਕਦੋਂ ਹੋਈ ਹੈ, ਕਿਹੜੇ ਸਾਲ ਹੋਈ ਹੈ, ਨਿੱਕ ਨੂੰ ਕਿੰਨੇ ਕੁ ਟਾਈਮ ਤੋਂ ਜਾਣਦੇ ਹੋ? 91-92 ਦੇ ਵਿੱਚ ਰਾੜਾ ਸਾਹਿਬ ਕਰਮਸਰ ਕਾਲਜ ਪੜ੍ਹਦੇ ਸੀਗੇ। ਤੁਸੀਂ ਦੋਨੋਂ ਜਾਣੇ? ਦੋਨੋਂ ਜਾਣੇ ਨਾਲ, ਸਾਡੇ ਨਾਲ ਪੜ੍ਹਦਾ ਸੀ ਤੁਹਾਡੇ ਨਿੱਕੂ? ਹਾਂ, ਇੱਕ ਕਲਾਸ ਪਿੱਛੇ ਸੀਗਾ, ਜੀਤ ਕਦੋਂ ਵਾਲਾ ਸੀਗਾ, ਧੰਨਾ ਨਗਾਹੀ ਸੀਗੇ। ਉਦੋਂ ਮੇਰੀ ਟੇਪ ਹੋ ਗਈ ਸੀਗੀ, ਮੈਂ ਸਾਡੇ ਪ੍ਰੋਫੈਸਰ ਸ਼ਮਸ਼ਾਦ ਅਲੀ ਜੀ ਕੋਲੇ ਤਿਆਰੀ ਕਰਨ ਲੱਗਿਆ ਤੇ ਚੱਲ ਮੈਂ ਟੇਪ। ਤੁਹਾਡੀ ਟੇਪ ਨਿੱਕੂ ਤੋਂ ਪਹਿਲਾਂ ਆ ਗਈ ਸੀ? ਹਾਂ, ਪਹਿਲਾਂ ਆ ਗਈ ਸੀਗੀ। ਫਿਰ ਨਿੱਕੂ ਮੇਰੇ ਕੋਲੇ ਆਉਣ ਲੱਗਿਆ ਦਫ਼ਤਰ ਤੇ ਇਹ ਮੈਨੂੰ ਕਹਿੰਦਾ, ਕਹਿੰਦਾ ਵੀਰੇ ਵੀ ਗਾਣੇ ਦੇ ਯਾਰ। ਮੈਂ ਕੀ ਕਰਨੇ ਨੇ ਤਾਂ, ਕਹਿੰਦਾ ਸਟੇਜਾਂ ਸਟੂਜਾਂ ਤੇ ਗਾ ਲਿਆ ਕਰਾਂਗੇ। ਮਹਾ ਵੀ ਦੇਖੀ ਟੇਪ ਕਰਨ ਨੂੰ ਫਿਰਦਾ, ਕਹਿੰਦਾ ਦੇਖਾਂਗੇ ਹਲੇ ਤਾਂ ਪੈਸੇ ਨਹੀਂ ਹੈਗੇ, ਹੌਲੀ ਹੌਲੀ ਦੇਖਾਂਗੇ। ਚੱਲ ਇਹਨੇ ਬਾਲੇ ਡੰਡ ਨਹੀਂ ਪਾਈ, ਫਿਰ ਮੈਨੂੰ ਕਹਿੰਦਾ ਉਸਤਾਦ ਜੀ ਨੂੰ ਮਿਲਾ ਕੇ ਲੈ ਗਿਆ। ਮੈਂ ਉਸਤਾਦ ਜੀ ਨੂੰ ਮਿਲਾਇਆ, ਉੱਥੇ ਜਾ ਕੇ ਸਿੱਖਣ ਲੱਗ ਗਿਆ ਮੇਰੇ ਤੋਂ ਮਗਰ। ਚੱਲ ਸੋ ਚੱਲ ਇਹਨੇ ਵੀ ਤਿਆਰੀ ਕਰ ਲਈ। ਫਿਰ ਜੀ ਇਹਦੀ ਅਸੀਂ ਫਾਈਨ ਟੋਨ ਕੰਪਨੀ ਦੇ ਵਿੱਚ ਟੇਪ ਲੈ ਗਏ ਰਿਕਾਰਡ ਕਰਕੇ। ਫਾਈਨ ਟੋਨ ਕੰਪਨੀ ਵਾਲਿਆਂ ਨੂੰ ਕਿਹਾ ਜੀ ਮੇਰੀ ਤਾਂ ਟੇਪ ਕਰਤੀ ਸੀ ਉਹਨਾਂ ਨੇ। ਮਹਾਂ ਜੀ ਵੀ ਇੱਕ ਮੁੰਡਾ ਹੋਰ ਸਾਡੇ ਨਾਲ ਪੜ੍ਹਦਾ ਵੀ ਇਹਦੀ ਵੀ ਟੇਪ ਦੇਖ ਲਓ, ਕੱਦੋਂ ਵਾਲਾ ਮੈਂ ਧੰਨਾ। ਉਹਨਾਂ ਨੇ ਜੀ ਰਿਜੈਕਟ ਕਰਤੀ ਇਹਦੀ ਆਵਾਜ਼। ਅੱਛਾ, ਨਿੱਕੂ ਦੀ? ਉਹਨਾਂ ਨੇ ਟੇਪ ਦੇ ਵਿੱਚ ਪਾਈ, ਆਵਾਜ਼ ਸੁਣੀ, ਕੱਢ ਕੇ ਰੱਖਤੀ। ਕਹਿੰਦੇ ਯਾਰ ਆਵਾਜ਼ ਪਤਲੀ ਬਹੁਤ ਜ਼ਿਆਦਾ ਹੈ। ਅੱਛਾ, ਨਹੀਂ ਇਹ ਚੱਲਣੀ ਨਹੀਂ ਆਵਾਜ਼, ਕਹਿੰਦੇ ਚਲੋ ਮਜੂਦ ਜੇ ਹੋ ਗਏ। ਉਦੋਂ ਪਿੱਛੋਂ ਇਹ ਗੱਲ ਸੁਣਿਓ, ਹੁਣ ਲਾ ਸੁਣ ਤਾਂ ਲੱਗ ਗਏ। ਇੱਕ ਬੰਦਾ ਸੀਗਾ ਰਿੰਪੀ, ਰਿੰਪੀ ਫਾਈਨ ਟੋਨ ਦੇ ਵਿੱਚ ਉਹਦੀ ਰਿਕਾਰਡਿੰਗ ਚੱਲ ਪਈ ਬੰਬੇ। ਕਹਿੰਦੇ ਵੀ ਪੂਰਾ ਸਿਰੇ ਦਾ ਪ੍ਰੋਜੈਕਟ ਕਰਨਾ ਉਹਦਾ ਰਿੰਪੀ ਦਾ, ਬੰਬੇ ਜਾਇਆ ਕਰਨ, ਜਦੋਂ ਜਾਇਆ ਕਰੀਏ ਉੱਥੇ ਜਿਵੇਂ ਹੁਣ ਮੇਰਾ ਅੱਜ ਗਲ ਖਰਾਬ ਹੋਇਆ ਪਿਆ ਉਹਦੇ ਖਰਾਸ਼ ਆ ਜਾਇਆ ਕਰੇ ਗਲ ਚ, ਦੋ ਗੇੜੇ ਲੱਗ ਗਏ, ਤਿੰਨ ਗੇੜੇ ਲੱਗ ਗਏ। ਰਿੰਪੀ ਦੀ ਮਿਹਨਤ ਬਹੁਤ ਕਰੀ ਹੋਈ ਸੀਗੀ। ਭਾਈ ਰਜਿੰਦਰ ਸਿੰਘ ਕਹਿੰਦੇ ਵੀ ਆਪਣਾ ਤਾਂ ਨੁਕਸਾਨ ਬਹੁਤ ਹੋ ਰਿਹਾ ਵੀ ਕੀ ਕਰੀਏ। ਉਹਨਾਂ ਦੇ ਖਿਆਲ ਆਇਆ, ਕਹਿੰਦੇ ਬਿੱਲੇ ਜਿਹੜੇ ਮੁੰਡੇ ਦੀ ਉਦਮ ਤੁਸੀਂ ਲੈ ਕੇ ਆਏ ਸੀਗੇ ਆਵਾਜ਼, ਉਹਨੂੰ ਬੁਲਾ ਕੇ ਲਿਆ। ਕੱਦੋਂ ਵਾਲੇ ਨੂੰ ਸੁਨੇਹਾ ਮੈਂ ਲਾਇਆ, ਕੱਦੋਂ ਵਾਲੇ ਨੇ ਗਾਹਾਂ ਨਿੱਕੂ ਨਾਲ ਰਾਬਤਾ ਕਾਇਮ ਕਰਕੇ। ਇਹ ਪੱਠੇ ਵਾਲੀ ਕੇਰੀ ਵਾਲਾ ਟਰੱਕ ਸੀਗਾ, ਉਹਦੇ ਵਿੱਚ ਚੜ੍ਹ ਕੇ ਆਏ ਕੇਰੀ, ਇਹਨਾਂ ਦਾ ਮੂੰਹ ਸਿਰ ਇੱਕ ਕਰਤਾ ਵਿਚਾਰਿਆਂ ਦਾ, ਆਣ ਭਰ ਕੇ ਮੂੰਹ ਹੱਥ ਧੋ ਕੇ ਇਹ ਪੇਸ਼ ਹੋਏ ਜੀ ਉੱਥੇ। ਉਹਨੂੰ ਸੁਣਾਈ ਟੇਪ ਇਹਨਾਂ ਨੇ ਰਜਿੰਦਰ ਸਿੰਘ ਨੇ, ਕਹਿੰਦੇ ਵੀ ਆਹ ਦੇਖ ਤਾਂ ਟੇਪ
ਗਾਹ ਨੂੰ ਨਹੀਂ ਕਹਿੰਦਾ ਗੱਡ ਦੂੰਗਾ ਮੌਕਾ ਦੇ ਕੇ ਦੇਖੋ ਉਹ ਕਹਿੰਦੇ ਆਹ ਚੱਕ ਲੈ ਜਾ ਟੇਪ ਤਿਆਰੀ ਕਰ ਲਾ ਬਾਈ ਜੀ ਹਫ਼ਤੇ ਬਾਅਦ ਇਹਨੂੰ ਬੰਬੇ ਲੈ ਗਏ ਬੰਬੇ ਦੀ ਟੇਪ ਰਿਲੀਜ਼ ਰਿਕਾਰਡ ਕਰੀ ਮੈਂ ਕਹਿੰਦਾ ਪਹਿਲੀ ਟੇਪ ਦੇ ਨਾਲ ਬੱਲੇ ਬੱਲੇ ਹੋ ਗਈ ਚਾਰੇ ਪਾਸੇ ਨਿੱਕੂ ਏ ਨਿੱਕੂ ਹੋ ਗਈ ਤੇ ਉਹ ਇਹਦਾ ਸਭ ਤੋਂ ਪਹਿਲਾ ਜ਼ਿੰਦਗੀ ਦਾ ਸਟੈਪ ਸੀਗਾ ਕਾਮਯਾਬ ਦਾ ਵੀ ਇੰਨੀ ਮਿਹਨਤ ਦੇ ਨਾਲ ਪਹਿਲਾਂ ਰਿਜੈਕਟ ਹੋਇਆ ਉਦੋਂ ਪਿੱਛੋਂ ਉਹਨਾਂ ਨੇ ਬੁਲਾਇਆ ਤੇ ਇਹਨੇ ਬੰਦੇ ਨੇ ਕੋਕੇ ਜੜਤੇ ਉੱਥੇ ਗਾਣਿਆਂ ਦੇ ਇੱਕ ਦੋ ਨੇ ਜਿਵੇਂ ਨਸੀਬੋ ਚੇਤੇ ਕਰਦੀ ਹੈ ਗਾਣਾ ਉਹ ਮੌਕੇ ਤੇ ਪਾਇਆ ਸੀਗਾ ਉਹ ਹੈ ਨਹੀਂ ਸੀ ਗਾਣਾ ਟੇਪ ਦੇ ਵਿੱਚ ਜਾਂ ਹੋਰ ਸਤਿਯੋਗੀ ਬਣਿਆ ਨਹੀਂ ਜਾਣਾ ਨਾ ਤਾਂ ਰੀਸਾਂ ਹੀਕਦੀਆਂ ਤੇ ਮੈਟਰ ਪੱਖੋਂ ਕੋਈ ਕੱਚ ਨਹੀਂ ਸੀਗੀ ਚੱਲ ਜੀ ਫਿਰ ਜਲੰਧਰ ਦੂਰਦਰਸ਼ਨ ਤੇ ਚੱਲ ਗਿਆ ਤੇ ਉਦੋਂ ਮਗਰ ਚੱਲ ਸੋ ਚੱਲ ਨਿੱਕੂ ਏ ਨਿੱਕੂ ਨਿੱਕੂ ਇੱਕ ਚੀਜ਼ ਹੋਰ ਆਖਰ 'ਚ ਕਾਫੀ ਕਹੀ ਜਾ ਰਹੀ ਹੈ ਕਿ ਨਿੱਕੂ ਨੇ ਫਿਲਮਾਂ 'ਚ ਪੈਸਾ ਲਾ ਕੇ ਬਹੁਤ ਬਰਬਾਦ ਕਰ ਲਿਆ ਤੇ ਨਿੱਕੂ ਨੇ ਗਾਣੇ ਵੱਡੇ ਕਰ ਲਏ ਪਰ ਹਿੱਟ ਨਹੀਂ ਹੋਏ ਵੀ ਪ੍ਰੋਜੈਕਟਾਂ 'ਤੇ ਪੈਸਾ ਲਾ ਕੁਛ ਬਾਹਰ ਹੀ ਨਹੀਂ ਆਏ ਉਹ ਪ੍ਰੋਜੈਕਟਾਂ 'ਚ ਇਹਦਾ ਪੈਸਾ ਫਸ ਗਿਆ ਇੱਦਾਂ ਦੀਆਂ ਵੀ ਅਫਵਾਹਾਂ ਆ ਰਹੀਆਂ ਨੇ ਕੀ ਕਹਿਣਾ ਚਾਹੋਗੇ ਨਹੀਂ ਵੀਰੇ ਆਪ ਨਹੀਂ ਬੰਦਾ ਆਪਣੇ ਤੌਰ 'ਤੇ ਪੈਸੇ ਨਹੀਂ ਇੰਨੇ ਇਨਵੈਸਟ ਕਰ ਸਕਦਾ ਫਿਲਮਾਂ ਦਾ ਜਿਹੜਾ ਪ੍ਰੋਜੈਕਟ ਹੁੰਦਾ ਬਹੁਤ ਵੱਡਾ ਹੁੰਦਾ ਕਨਸੈਪਟ ਆ ਜਿਹੜਾ ਅਤੇ ਬਜਟ ਵੀ ਉਹਨਾਂ ਦਾ ਦੇਖ ਲਓ ਕਰੋੜ ਡੇਢ ਦੋ ਕਰੋੜ ਚਾਰ ਕਰੋੜ ਤੱਕ ਜਾਂਦਾ ਅਤੇ ਇਹਨੂੰ ਪ੍ਰਮੋਟਰ ਮਿਲੇ ਸੀਗੇ ਪ੍ਰਮੋਟਰ ਮਿਲੇ ਸੀਗੇ ਜਿਹੜੇ ਕਹਿੰਦੇ ਸੀਗੇ ਵੀ ਮੰਨ ਲਾ ਹੁਣ ਜੇ 2 ਕਰੋੜ ਦਾ ਬਜਟ ਆ ਵੀ ਅਸੀਂ ਜੀ 1.60 ਲਾ ਦਿੰਦੇ ਹਾਂ 1.70 ਲਾ ਦਿੰਦੇ ਹਾਂ ਤੁਹਾਨੂੰ 20-30 ਕਰਨਾ ਪਊ ਬੰਦੇ ਨੂੰ ਮੱਲੋ ਮੱਲੀ ਹੋ ਜਾਂਦਾ ਵੀ ਚੱਲ ਯਾਰ ਥੋੜ੍ਹੀ ਕੱਚ ਆ ਆਪਾਂ ਕਿਵੇਂ ਨਾ ਕਿਵੇਂ ਐਡਜਸਟਮੈਂਟ ਕਰ ਲਾਂਗੇ ਐਵੇਂ ਇਹਨੇ ਨਾਲ ਹੈਲਪ ਕਰਕੇ ਪ੍ਰੋਜੈਕਟ ਕਰੇ ਪਰ ਉਹ ਨਹੀਂ ਗੱਲ ਬਣ ਸਕੀ ਕੋਈ ਬੰਦਾ ਕਿਵੇਂ ਬਣਿਆ ਹੁੰਦਾ ਕਿਸੇ ਦੀ ਆਵਾਜ਼ ਕਿਸੇ ਨੂੰ ਸ਼ੂਟ ਕਰਦੀ ਹੈ ਇਹ ਫਿਲਮਾਂ ਲਈ ਨਹੀਂ ਇਹਦੀ ਆਵਾਜ਼ ਸ਼ੂਟ ਕਰਦੀ ਸੀਗੀ ਇਸ ਕਰਕੇ ਉੱਧਰ ਇਹਦੀ ਕਾਮਯਾਬੀ ਨਹੀਂ ਹੋ ਸਕੀ ਪਰ ਗਾਣਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਕਿਵੇਂ ਤੂਤੀ ਬੋਲਦੀ ਰਹੀ ਆ ਫਿਲਹਾਲ ਇੰਦਰਜੀਤ ਨਿੱਕੂ ਕਿੱਥੇ ਨੇ ਤੇ ਕਿੱਥੇ ਰਹਿ ਰਹੇ ਨੇ ਇਹਦੇ ਬਾਰੇ ਤੁਸੀਂ ਅਗਰ ਕੋਈ ਗੱਲ ਕਰਨ ਲੁਧਿਆਣੇ ਹੀ ਰਹਿ ਰਹੇ ਨੇ ਜਾਂ ਕਿਤੇ ਹੋਰ ਜੱਸੜਾ ਪਿੰਡ ਆ ਵੀਰੇ ਲੁਧਿਆਣੇ ਦੇ ਕੋਲ ਜੱਸੜਾ ਪਿੰਡ ਆ ਸਾਹਨੇਵਾਲ ਤੋਂ ਜਦੋਂ ਆਪਾਂ ਡੇਲੋਂ ਨੂੰ ਜਾਂਦੇ ਆ ਨਾ ਰਸਤੇ ਵਿੱਚ ਪੈਂਦਾ 2-3 ਕਿਲੋਮੀਟਰ ਤੇ ਪਿੰਡਿਆਂ ਨੇ ਰਹਿਸ਼ ਰੱਖੀ ਆ ਉਹੀ ਤਾਂ ਕਹਿੰਦਾ ਵੀ ਉੱਥੇ ਗੱਡੀ ਵੀ ਨਹੀਂ ਜਾਂਦੀ ਹੈਗੀ ਜਿੱਥੇ ਇਹਨਾਂ ਦਾ ਕਾਰਖਾਨਾ ਸੀ ਮਿਸਤਰੀਆਂ ਦਾ ਮੁੰਡਾ ਹੈ ਕਾਰਖਾਨਾ ਸੀਗਾ ਕਾਰਖਾਨੇ ਗੱਡੀ ਖੜਾ ਕੇ ਗਾਹਾਂ ਦੀ ਕੋਠੀ ਤੱਕ ਜਾਂਦੇ ਹੁੰਦੇ ਸੀ ਕਹਿੰਦਾ ਬਿੱਲੇ ਯਾਰ ਮੈਂ ਤਾਂ ਇੱਥੇ ਪਿੰਡ 'ਚ ਰਹਿਣ ਕਰਕੇ ਵੀ ਇੱਥੇ ਕੋਠੀ 'ਤੇ ਪੈਸਾ ਲਾਇਆ ਵੀ ਮੇਰਾ ਸਾਰਾ ਪਰਿਵਾਰ ਇਕੱਠਾ ਰਹੇ ਵੀ ਜੇ ਸ਼ਹਿਰ ਦੇ ਵਿੱਚ ਮੈਂ ਤਾਂ ਕਿੰਨਾ ਕੁਛ ਕਰ ਸਕਦਾ ਸੀ ਬਾਕੀ 95-96 ਦੇ ਵਿੱਚ ਨਿੱਕੂ ਦੀ ਬੋਲਦੀ ਸੀ ਤੂਤੀ ਬਾਬੇ ਦਾ ਜਨਮ ਹੈ 96-97 ਦਾ ਜਿਹਦੇ ਕੋਲ ਗਿਆ ਹਾਂ ਉਹ ਬਾਬੇ ਦਾ ਜਨਮ ਹੈ 96-97 ਦਾ ਜਦੋਂ ਇਹਦੀ ਤੂਤੀ ਬੋਲਦੀ ਸੀ ਉਹ ਯਾਰ ਇਹਨੂੰ ਕੀ ਕਰ ਦੂਗਾ ਦੇਖੋ ਇੱਕ ਦੀਵਾ ਦੀਵੇ ਦੀ ਜਿਹੜੀ ਲੋ ਆ ਉਹ ਐ ਫੜਫੜਾਉਂਦੀਆਂ ਐ ਜੇ ਉਹਨੂੰ ਅਸੀਂ ਫੂਕ ਮਾਰ ਦਾਂਗੇ ਬੁੱਝ ਜੂਗੀ ਉਹ ਦੁਖੀ ਜਾਊਗੀ ਕੋਲੇ ਬਣ ਜੂਗੀ ਅੰਦਰ ਅੰਦਰ ਧੋ ਕੇ ਉਹ ਖਤਮ ਹੋ ਜੂਗੀ ਜੇ ਉਹਨੂੰ ਅਸੀਂ 2 ਹੱਥਾਂ ਨਾਲ ਐਵੇਂ ਕਰ ਲਾਂਗੇ ਸਪੋਰਟ ਦੇ ਦਾਂਗੇ ਉਹ ਹੋਰ ਉੱਚੀ ਹੋ ਜਾਂਦੀ ਆ ਹੋਰ ਉੱਚੀ ਹੋ ਜਾਂਦੀ ਆ ਇਸ ਕਰਕੇ ਜਿਹੜਾ ਬੰਦਾ ਥੋੜਾ ਜਿਹਾ ਡਗ ਮਗਾਉਂਦਾ ਹੁੰਦਾ ਨਾ ਉਹਨੂੰ ਥੋੜਾ ਜਿਹਾ ਸਹਾਰੇ ਦੀ ਲੋੜ ਹੁੰਦੀ ਆ ਇਹ ਵੀ ਯਾਰ ਸਹਾਰਾ ਲੈਣ ਚਲੇ ਗਿਆ ਉੱਥੇ ਮੈਨੂੰ ਇੱਥੋਂ ਵੀ ਸਹਾਰਾ ਮਿਲ ਜਾਵੇ ਇੱਥੋਂ ਵੀ ਮਿਲ ਜਾਵੇ ਜਿਹੜਾ ਬੰਦਾ ਬਿਮਾਰ ਹੁੰਦਾ ਉਹਨੂੰ ਸਵਾਹ ਦੀ ਚੁਟਕੀ ਵੀ ਲੱਗਦੀ ਹੁੰਦੀ ਆ ਵੀ ਇਹ ਤੋਂ ਮੈਨੂੰ ਆਰਾਮ ਆ ਜਾਊਗਾ ਯਾਰ ਚੱਲੇ ਮਤਲਬ ਆਖਰੀ ਸ਼ਬਦਾਂ 'ਚ ਇਹ ਮੰਨੀਏ ਤੁਸੀਂ ਦੋਸਤ ਹੋ ਮਿੱਤਰ ਹੋ ਨਾਲ ਵਿਚਰੇ ਹੋ ਬਰਾਬਰ ਦੇ ਗਾਇਕ ਹੋ ਕਲਾਕਾਰ ਸਾਥੀ ਹੋ ਵੀ ਐਡੀ ਗੱਲ ਹੈ ਨਹੀਂ ਜਿੱਡੀ ਬਣਾ ਦਿੱਤੀ ਤੁਹਾਡੇ ਕਹਿਣ ਦਾ ਮਤਲਬ ਇਹ ਆ ਇਹ ਆ ਵਕਤ ਆਉਂਦਾ ਜਦੋਂ ਸਖਤ ਰਾਜਿਆਂ ਹੱਥ ਵੀ ਠੂਠਾ ਫੜਾ ਦਿੰਦਾ ਹੈ ਜੀ ਟੀ ਰੋਡ ਤੇ ਕੀਲਿਆਂ ਦੀ ਕੀ ਗੱਲ ਕਰਦੀ ਹੈ ਤਾਂ ਡੰਗਰਾਂ ਦੇ ਕੀਲੇ ਵੀ ਬਕਾ ਦਿੰਦਾ ਹੈ ਤੇ ਬਾਕੀ ਜਿਵੇਂ ਕਹਿ ਦਿੰਦੇ ਨਾ ਵੀ ਜਿਹੜੀ ਮਹਿੰਦੀ ਰੰਗ ਨਾ ਦੇਵੇ ਕਾਹਦਾ ਉਸਦਾ ਲਾਣਾ ਜਿੱਥੇ ਗਿਆਂ ਦੀ ਕਦਰ ਨਾ ਹੋਵੇ ਕਾਹਦਾ ਉੱਥੇ ਜਾਣਾ ਹੋਏ ਤੰਦਰੁਸਤੀਆਂ ਰੱਖੇ ਮਾਲਕ ਕਾਹਦੇ ਪੈਸੇ ਧੇਲੇ ਮਰਦਾਂ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ ਨਿੱਕੂਆ ਮਰਦਾਂ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ ਬਰਾੜ ਸਾਹਿਬ ਦਾ ਲਿਖਿਆ ਹੋਇਆ ਸੀ ਬੜਾ ਸੋਹਣੀਆਂ ਲਾਈਨ ਸੋ ਅੱਜ ਗੁਰਪ੍ਰੀਤ ਬਿੱਲਾ ਸਾਹਿਬ ਨੂੰ ਮਿਲਣ ਦਾ ਇਹੀ ਕਾਰਨ ਸੀ ਕਿਉਂਕਿ ਮੈਂ ਜਦੋਂ ਤੋਂ ਇਹ ਕੰਟਰੋਵਰਸੀ ਦੇਖੀ ਜਾਂ ਹੋਈ ਜਾਂ ਬਣਾਈ ਗਈ ਕੁਛ ਵੀ ਲਾ ਲਓ ਮੈਨੂੰ ਵੀ ਬੜਾ ਸੀ ਕਿ ਇਹਦੇ ਬਾਰੇ ਕੋਈ ਗੱਲਾਂ ਕੀਤੀਆਂ ਜਾਣ ਅਤੇ ਤਾਂ ਹੀ ਮੈਂ ਬਿੱਲਾ ਜੀ ਕੋਲ ਅੱਜ ਆਇਆ ਅਤੇ ਅੱਜ ਅਸੀਂ ਫਿਲਹਾਲ ਪਿੰਡ ਕਢਾਣੀ ਦੇ ਵਿੱਚ ਮੌਜੂਦ ਹਾਂ ਜਿੱਥੇ ਬਿੱਲਾ ਜੀ ਖੁਦ ਰਹਿੰਦੇ ਨੇ ਕਿਉਂਕਿ 30-32 ਸਾਲ ਤੋਂ 91-92 ਤੋਂ ਆਲਮੋਸਟ 31 ਸਾਲ 30 ਸਾਲ ਪਹਿਲੀ ਟੇਪ ਨਿੱਕੂ ਦੀ ਕਰਾਉਣੇ ਵਾਲੇ ਇਹ ਨੇ ਅਤੇ ਫਿਰ ਉਹਨਾਂ ਦੇ ਨਾਲ ਕਾਫੀ ਗਾਇਆ ਵੀ ਇਹਨਾਂ ਦੇ ਆਪ ਵੀ ਗਾਣੇ ਆਏ ਅਤੇ ਨਿੱਕੂ ਵੱਡਾ ਸਟਾਰ ਬਣਿਆ ਮੈਂ ਸੋਚਿਆ ਵੀ ਕਿਉਂ ਨਾ ਫਿਰ ਇਹੀ ਰਿਐਲਿਟੀ ਸਾਨੂੰ ਦੱਸ ਸਕਦੇ ਨੇ ਅਤੇ ਇਹੀ ਕੁਝ ਗੱਲਾਂ ਅੱਜ ਨਿੱਕੂ ਸਾਹਿਬ ਬਾਰੇ ਦੱਸੀਆਂ ਸੋ ਇਹਨਾਂ ਦੇ ਕਹਿਣ ਦਾ ਭਾਵ ਇਹੀ ਆ ਵੀ ਐਡੀ ਗੱਲ ਹੈ ਨਹੀਂ ਜਿੱਡੀ ਬਣਾ ਲਈ ਗਈ ਹੈ ਠੀਕ ਆ ਨਿੱਕੂ ਉੱਥੇ ਗਿਆ ਉੱਥੇ ਅਗਰ ਉਹ ਰੋ ਵੀ ਪਿਆ ਜਾਂ ਹੰਝੂ ਆ ਗਏ ਬੰਦਾ ਇਮੋਸ਼ਨਲ ਹੋ ਜਾਂਦਾ ਵੀ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਜਿੱਡੀ ਵੱਡੀ ਗੱਲ ਵਧਾ ਚੜ੍ਹਾ ਕੇ ਪੇਸ਼ ਕੀਤੀ ਜਾ ਰਹੀ ਹੈ ਦੂਜਾ ਇਹ ਵੀ ਪੱਖ ਰੱਖ ਰਹੇ ਨੇ ਬਿੱਲਾ ਜੀ ਕਿ ਇਸ ਗੱਲ ਨੂੰ ਕਿਉਂਕਿ ਕਮੈਂਟ ਤੁਸੀਂ ਵੀ ਪੜ੍ਹੇ ਨੇ ਮੈਂ ਵੀ ਤੁਸੀਂ ਸਾਰਿਆਂ ਨੇ ਪੜ੍ਹੇ ਨੇ
कि थले क्या सरदार होके क्यों बग गया, तो यह भी गल का खंडन कर रहे हैं भी एड्डी कोई गल नहीं, जे बंदा बग गया तो फिर उन्होंने धर्म के नाल क्यों जोड़ दे, हर बंदा दुख च सहारा लभदा जे किसी किसी तो मिलता है। तो ये बिरला साहब कहते कोई बड़ी कोई माड़ी गल मानते नहीं, तो इस करके हुणे उन्होंने साथी ने। बाकी तुसी की सोचते हो बिरला साहब की सोच के बारे या थोनू की लगता इस पूरे मसले के बारे, थले कमेंट करके जरूर अपने विचार दियो। तो मैं लगता थोनू इस मसले बारे काफ़ी कुछ जानने का मौका मिले होना कि आखिर क्यों निकू ते एडा भारी वक्त आया, क्योंकि लोगों ने कहा भी जिदा बिरला साहब ने कहा भी उन्हें कबीलदारियां बहुत वड्डियां हंडाइया ने, कुछ वड्डे प्रोजेक्ट शायद जो इनवैसट किया नहीं उन्ना फीडबैक दे पाए, पर कहें भी एडे भी कोई माड़े हालात नहीं, असं कहते नाल खड़े हाँ चंगे भले रजदे पुजदे घर का वो अज भी मुंडा है। तो एक मैं जाते जाते सवाल का जवाब दे दौ, ये जसड़ा पिंड है तो यद गोत भी जसड़ा या पिंड जसड़ा? नहीं पिंड जसड़ा जी, पिंड जसड़ा मतलब जसड़ा है लोग को जो दूसरा तरसेम जसड़ा वो होर जसड़ा ने, मतलब शुरुआत इन्हां दे माता जी चाहुंदे सी भी पिंड दा नाम पिछे लावे मुंडा। हां भी निक्कू छोटा लगदा, निक्कू निक्का जिहा लगदा भी इंद्रजीत जसड़ा बणदा सी, इंद्रजीत जसड़। हां ते पर खैर वह बाद च निक्कू बनिया तो निक्कू निक्कू ही पूरे वर्ल्ड चो ही। खैर चलो असं भी यही अरदास करते हैं लोकनाथ वालों, क्योंकि साडा काम है कि रियलिटी सामने लिया जाए, इस करके फिर बिरला जी नाल संपर्क किया कि उन्होंने दोस्त ने उन्हां बारे दस सकते हैं, तो अजे भी वो कहते ठीक ने तंदुरुस्त ने, कोई इदा की गल नहीं, अपने पिंड वसते ने जसड़ा पिंड दराह तो लुधियाना रोड से, तो उस रोड से पिंड पैंदा है, तो वह पूरी चढ़ती कला च ने निकू जी, तो साडे वालों भी दुआवां बेस्ट ऑफ लक कि वह दोबारा फिर कम बैक कर, इदा ही हसते वसते स्टेजा फिर सानू नजर आने। इस खास मुलाकात के फिलहाल इन्ना ही, दियो इजाजत प्यार भरी सत श्री अकाल बिरला जी, बहुत बहुत धन्यवाद थोड़ा समा देने, बाकी सारी टीम का बहुत बहुत धन्यवाद, सत श्री अकाल।